ਲੈ ਵੀ ਬਿਕਰਾ ਆ ਮਾਰ ਦੇ, ਇਹਨੂੰ ਮਾਰ ਹੁਣ, ਲੱਗਾ ਰਿਹਾ ਬਿਕਰਾ, ਪਰ ਬੜੀ ਮਾੜੀ ਆਦਤ ਹੈ। ਓਹ ਜਨਾਬ ਦਾ ਫੋਨ ਆ ਗਿਆ, ਇੱਕ ਮਿੰਟ। ਜਨਾਬ ਜੈਹਨ ਜੀ, ਮੈਂ ਜਨਾਬ ਫਰਿੱਜ ਨੂੰ ਵਿੱਚ ਹੀ ਹੈਗਾ, ਫਰਿੱਜ ਨੂੰ, ਫਰਿੱਜ ਦੇ ਵਿੱਚ ਜਿਹੜੇ ਸਪੈਲਿੰਗ ਹੁੰਦੇ ਕਿ ਫਰਿੱਜ 'ਚ ਆ ਗਿਆ ਫਰਿੱਜ, ਠੀਕ ਹੈ ਜੀ, ਫਰਿੱਜ ਠੰਡੀ ਹੁੰਦੀ ਆ, ਇੱਕ ਆ ਗਿਆ ਫਰੈਸ਼ FRES ਫਰੈਸ਼, ਸੋ ਆਈ ਐਮ ਵੈਰੀ ਫਰੈਸ਼। ਹਾਂਜੀ ਹੁਕਮ ਕਰੋ, ਕੈਲੀਫੋਰਨੀਆ ਕਵਰ ਕਰਨਾ, ਕੈਲੀਫੋਰਨੀਆ ਕਵਰ, ਜਨਾਬ ਕੈਲੀਫੋਰਨੀਆ ਕਵਰ ਕਰ ਰਿਹਾ ਮੈਂ ਤਾਂ, ਪੂਰਾ ਅਮਰੀਕਾ ਕਵਰ ਕਰ ਰਿਹਾ, ਤੁਸੀਂ ਕੈਲੀਫੋਰਨੀਆ ਗੱਲ ਕਰੀ ਜਾਂਦੇ ਹੋ, ਅਤੇ ਕਵਰਡ ਕੈਲੀਫੋਰਨੀਆ ਦਾ ਮਤਲਬ ਇਹੀ ਹੋਇਆ, ਮੈਂ ਸਮਝਿਆ ਨਹੀਂ ਜਨਾਬ, ਕਿਹਦੇ ਕੋਲ ਜਾਵਾਂ ਮੈਂ ਇੱਥੇ, JS ਟਰੱਕ ਇੰਸ਼ੋਰੈਂਸ ਏਜੰਸੀ, ਇਹ ਤਾਂ ਜਗਦੀਪ ਸਿੰਘ ਵਾਲੀ ਨਹੀਂ ਹੈ? ਅੱਛਾ ਉਹੀ ਉਹੀ ਹੈ ਨਾ, ਉਹੀ ਜਾਣਦਾ ਜੀ, ਉਹਨੂੰ ਜਾਣਦਾ, ਮੈਂ ਮਿਲਿਆ ਪਹਿਲਾਂ ਕਈ ਵਾਰੀ। ਇਹ ਤਾਂ ਟਰੱਕਾਂ ਦੀ ਇੰਸ਼ੋਰੈਂਸ ਕਰ ਦਿਓ ਜਨਾਬ, ਮੇਰੇ ਕੋਲ ਤਾਂ ਇੱਕ ਡੰਡਾ, ਇੱਕ ਮਾਈਕ ਆ ਅਤੇ ਇੱਕ ਮੇਰੇ ਕੋਲ ਫੋਨ ਆਪਣਾ, ਤਾਂ ਮੈਂ ਇੰਸ਼ੋਰੈਂਸ ਕਾਹਦੀ ਕਰਾਉਣੀ ਜਾ ਕੇ ਉਹਨਾਂ ਕੋਲ। ਕਵਰਡ ਕੈਲੀਫੋਰਨੀਆ ਜਨਾਬ ਮੇਰੀ ਸਮਝ ਤੋਂ ਬਾਹਰ ਹੈ, ਚਲੋ ਮੈਂ ਐਂ ਕਰਦਾ ਉਹਨਾਂ ਕੋਲ ਜਾ ਕੇ ਅਤੇ ਫਿਰ ਦੇਖਦਾ, ਹਾਂ ਉਹਨਾਂ ਕੋਲ ਜਾ ਕੇ ਪਤਾ ਕਰਦਾ ਵੀ ਕੀ ਹੁੰਦਾ ਜੀ, ਕਿਵੇਂ ਕੈਲੀਫੋਰਨੀਆ ਕਵਰ ਹੁੰਦਾ ਅਤੇ ਕਿਵੇਂ ਅਮਰੀਕਾ ਕਵਰ ਹੁੰਦਾ। ਹਾਂਜੀ 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 ਹਾਂਜੀ, ਠੀਕ ਹੈ ਜਨਾਬ, ਮੈਂ ਲੱਭਦਾ ਜੀ, ਜਗਦੀਪ ਸਿੰਘ ਜੀ, JS ਟਰੱਕ ਇੰਸ਼ੋਰੈਂਸ ਵਾਲੇ, ਹਾਂਜੀ ਹਾਂਜੀ, ਓਕੇ। ਇਹਨਾਂ ਨੂੰ ਪੁੱਛਦੇ ਆ ਜੀ ਕਿੱਥੇ ਕੁ ਹੈਗੇ ਆ, ਇੱਥੇ ਹੀ ਹੋਣੇ ਕਿਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ, ਮੇਰੀ ਅੰਗਰੇਜ਼ੀ ਥੋੜ੍ਹੀ ਜਿਹੀ ਘੱਟ, ਮੈਂ ਤੁਹਾਨੂੰ ਲੱਭ ਕੇ ਫਿਰ ਤੁਹਾਡੇ ਕੋਲ ਆਇਆ। ਮੈਂ ਵੀ ਤੁਹਾਡੇ ਵਰਗਾ ਹੀ ਆ ਜੀ, ਪੰਜਾਬੀ ਜਾਣਦਾ, ਮੈਂ ਵੀ ਅੰਗਰੇਜ਼ੀ ਨਹੀਂ ਆਉਂਦੀ। ਬੜੀ ਚੰਗੀ ਗੱਲ ਹੈ ਜੀ। ਹਾਂਜੀ ਹਾਂਜੀ, ਅਸਲ ਜੀ ਮੈਨੂੰ ਆਇਆ ਸੀ ਮੇਰੇ ਬੌਸ ਦਾ ਫੋਨ ਜਨਾਬ ਦਾ, ਇੰਡੀਆ ਤੋਂ। ਹਾਂਜੀ, ਉਹ ਕਹਿੰਦੇ ਵੀ ਤੂੰ ਜਾਣਾ, ਜਗਦੀਪ ਸਿੰਘ ਹੈਗੇ ਨੇ JS ਟਰੱਕ ਇੰਸ਼ੋਰੈਂਸ ਏਜੰਸੀ ਵਾਲੇ। ਹਾਂਜੀ ਹਾਂਜੀ, ਮੈਂ ਉਹਨਾਂ ਨੂੰ ਲੱਭਦਾ ਫਿਰਦਾ, ਕੋਈ ਕਵਰਡ ਕੈਲੀਫੋਰਨੀਆ ਦਾ ਕੋਈ ਰੌਲਾ ਉਲਾ ਚੱਲਦਾ ਤਾਂ ਉਹ ਮੈਂ ਸੁਲਝਾਉਣਾ ਜੀ। ਹਾਂਜੀ ਹਾਂਜੀ, ਅਤੇ ਕਿੱਥੇ ਗਾ ਉਹਨਾਂ ਦਾ ਦਫ਼ਤਰ? ਆਹੀ ਆ ਜੀ, ਇੱਥੇ ਤਾਂ ਖੜੇ ਹੋ ਤੁਸੀਂ? ਨਹੀਂ, ਇਹ ਤਾਂ ਦਫ਼ਤਰ ਦੇ ਖੜੇ ਹੋ। ਨਹੀਂ, ਬਾਹਰ ਦਫ਼ਤਰ ਤੜੀ ਹੋਊਗਾ ਜੀ, ਅੰਦਰ ਹੋਊਗਾ ਦਫ਼ਤਰ ਦੇ? ਅੱਛਾ, ਬਿਲਡਿੰਗ ਦੇ ਅੰਦਰ ਆ? ਬਿਲਡਿੰਗ ਦੇ ਅੰਦਰ ਆ। ਠੀਕ ਹੈ ਜੀ, ਠੀਕ ਹੈ, ਚਲੋ ਫਿਰ ਮੈਂ ਮਿਲਦਾ ਜੀ। ਆਜੋ, ਅਸੀਂ ਵੀ ਉੱਥੇ ਜਾਣਾ, ਨਾਲ ਆਜੋ ਸਾਡੇ। ਤੁਸੀਂ ਚਲੋ ਜੀ, ਮੈਂ ਉਹਨਾਂ ਫਿਰ ਪੁਲਿਸ ਨੂੰ ਦੇਖ ਕੇ ਕਈ ਵਾਰੀ ਫਿਰ ਬੰਦਾ ਉਰਾ ਪਰਾ ਹੋ ਜਾਂਦਾ। ਨਹੀਂ ਹੁੰਦਾ, ਤੁਸੀਂ ਠੀਕ ਆ ਜੀ, ਅੱਛਾ ਆ ਜਿਹੜੀ ਬੌਸ ਗੱਲ ਕਰਦਾ ਸੀ, ਲੈ ਹੁਣ ਸਮਝ ਆਈ ਵੀ ਕਵਰਡ ਕੈਲੀਫੋਰਨੀਆ ਦਾ ਜਿਹੜਾ ਹੈਗਾ ਅਤੇ ਉਹ ਇੱਧਰ ਵੀ ਇਹੀ ਹੈ। ਹਾਂ, ਹੁਣ ਸਮਝ ਆਈ ਵੀ ਕੈਲੀਫੋਰਨੀਆ ਨੂੰ ਢੱਕਣਾ ਸਾਰੇ ਨੂੰ, ਉਹਦੇ ਵਾਸਤੇ ਤਰਪਾਲ ਚਾਹੀਦੀ ਹੈ। ਲੈ ਹੁਣ ਗੱਲ ਸਮਝ ਆਈ ਹੈ, ਚਲੋ ਦੇਖਦੇ ਅੰਦਰ ਜਾ ਕੇ ਜਗਜੀਤ ਸਿੰਘ ਨੂੰ ਪੁੱਛਦੇ ਹਾਂ ਤਰਪਾਲ ਕਿਹੜੀ ਹੈਗੀ ਅਤੇ ਕਿਹੜੀ ਨਹੀਂ। ਬੋਲੇ ਬੋਲੇ ਬੋਲੇ, ਵੇ ਵਾਹ ਜੀ ਵਾਹ, ਕਮਾਲ ਕੀਤੀ ਬਈ ਵੀ ਜਗਦੀਪ ਸਿੰਘ ਨੇ ਤਾਂ। ਇੱਧਰ ਆਹ ਬੋਰਡ ਕੀ ਲੱਗਿਆ, ਇਹ ਹੈ NAPTA, ਨਪਟਾ, ਇਹ ਵੀ ਮੈਂਬਰਸ ਬੈਨੀਫਿਟ। ਮੈਨੂੰ ਸਮਝ ਨਹੀਂ ਆਉਂਦੀ ਮੈਂ ਆਇਆ ਕੀ ਕਰਨ ਇੱਥੇ, ਚਲੋ ਕੋਈ ਨਹੀਂ, ਕੁਛ ਨਾ ਕੁਛ ਪਤਾ ਲੱਗੂਗਾ। ਹੈਲੋ ਜੀ, ਤਾਂ ਅੰਗਰੇਜ਼ੀ ਆਉਂਦੀ ਸਿੱਧੀ ਇੱਧਰੋਂ ਤਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸ਼ੁਕਰ ਹੈ। ਮੈਂ ਕਿਹਾ ਕਿਤੇ ਅੰਗਰੇਜ਼ੀ ਵਾਲਾ ਕੰਮ ਥੋੜ੍ਹਾ ਔਖਾ ਸੀਗਾ, ਉਹ ਤਾਂ ਇੱਕਦਮ ਫੋਨ ਚੱਕਿਆ ਉਹਨਾਂ ਦਾ, ਜਿਉਂ ਅੰਗਰੇਜ਼ੀ ਨੂੰ ਪੂਰੇ ਲਾਇਆ। ਹਾਂਜੀ, ਕੀ ਨਾਮ ਤੁਹਾਡਾ? ਸਮਨ। ਸਮਨ, ਹਾਂਜੀ। ਅੱਛਾ ਜੀ, ਮੈਂ ਇੱਥੇ ਆਇਆ ਸੀ, ਮੈਨੂੰ ਤਰਪਾਲ ਚਾਹੀਦੀ ਸੀ। ਇੱਥੇ ਆਪਾਂ ਇੰਸ਼ੋਰੈਂਸ ਦਾ ਕਰਦੇ ਹਾਂ। ਅੱਛਾ, ਮੈਨੂੰ ਸਮਝ ਨਹੀਂ ਆਉਂਦੀ ਜੀ, ਉਹ ਕਹਿੰਦੇ ਜੀ ਪਤਾ ਨਹੀਂ ਜਨਾਬ ਦਾ ਫੋਨ ਆਇਆ ਸੀ। ਹਾਂਜੀ, ਉਹ ਕਹਿੰਦੇ ਵੀ ਕੈਲੀਫੋਰਨੀਆ ਕਵਰ ਕਰਨਾ ਸਾਰਾ, ਅਤੇ ਮੈਂ ਕਵਰ ਕਰਨ ਵਾਸਤੇ ਵੀ ਸ਼ਾਇਦ ਤਰਪਾਲ ਪਾਉਣੀ ਹੋਊ ਕੈਲੀਫੋਰਨੀਆ 'ਤੇ, ਵੀ ਮੈਨੂੰ ਸਮਝ ਨਹੀਂ ਆਈ, ਮੈਂ ਤਾਂ ਹੀ ਫਿਰ ਇੱਥੇ ਆਇਆ। ਮੈਨੂੰ ਕਹਿੰਦੇ ਵੀ ਜਗਦੀਪ ਸਿੰਘ ਕੋਲ ਚੱਲ ਜਾ, ਉੱਥੇ ਤੈਨੂੰ ਪਤਾ ਲੱਗ ਜਾਊ। ਅੱਛਾ, ਤੁਸੀਂ ਇੱਥੇ ਇੰਸ਼ੋਰੈਂਸ ਕਰਦੇ ਹੋ? ਹਾਂਜੀ। ਕਾਹਦੀ ਕਾਹਦੀ ਕਰਦੇ ਜੀ? ਆਪਾਂ ਹੈਲਥ ਇੰਸ਼ੋਰੈਂਸ, ਲਾਈਫ, ਟਰੈਕਿੰਗ, ਆਪਣੇ ਬਿਜ਼ਨਸ ਇੰਸ਼ੋਰੈਂਸ ਸਾਰੀਆਂ ਕਰਦੇ ਹਾਂ। ਸਾਰੇ ਕਾਹਦੀ ਕਰਦੇ? ਹਾਂਜੀ। ਜੇ ਮੈਂ ਡੰਡੇ ਦੀ ਇੰਸ਼ੋਰੈਂਸ ਕਰਾਉਣੀ ਹੋ ਜੂਗੀ ਜੀ, ਜੇ ਟੁੱਟ ਗਿਆ ਤਾਂ ਫਿਰ ਤੁਸੀਂ ਪੈਸੇ ਦੇ ਦੋਗੇ ਮੈਨੂੰ? ਆਈ ਐਮ ਨੋਟ ਸ਼ੋਰ ਇਹਦੇ ਵਾਸਤੇ। ਅੱਛਾ, ਪੱਕਾ ਨਹੀਂ ਪਤਾ ਜੀ। ਹਾਂਜੀ, ਅਤੇ ਚਲੋ ਮੈਂ ਉਹਨਾਂ ਨੂੰ ਮਿਲਣਾ। ਜਗਦੀਪ ਸਿੰਘ ਉਹਨਾਂ ਨੂੰ ਬੰਦੇ ਚੰਗੇ ਨੇ ਦੱਸਿਓ? ਹਾਂਜੀ, ਮਤਲਬ ਇਹ ਆ ਵੀ ਗੁੱਸੇ ਗੱਸੇ ਵਾਲੇ ਤਾਂ ਨਹੀਂ ਹੈਗੇ? ਨਹੀਂ ਜੀ, ਜਮਾਂ ਵੀ ਨਹੀਂ। ਪੁਲਿਸ ਨੂੰ ਪੈਸੇ ਦੇ ਦੇਣਗੇ? ਨੋਟ ਸ਼ੋਰ। ਅੱਛਾ ਜੀ, ਤੁਸੀਂ ਸ਼ੋਰ ਨਹੀਂ ਹੈਗੇ ਜੀ, ਚਲੋ ਠੀਕ ਹੈ, ਮਿਲ ਲਓ, ਤੁਹਾਡੇ ਵੀ ਸੰਭਣ ਲਿਆਉਣੇ ਪੈਣੇ। ਅਤੇ ਤੁਸੀਂ ਕਾਹਦੀ ਕਰਦੇ ਇੰਸ਼ੋਰੈਂਸ? ਅਸੀਂ ਹੈਲਥ ਇੰਸ਼ੋਰੈਂਸ ਕਰਦੇ ਹਾਂ। ਹੈਲਥ ਇੰਸ਼ੋਰੈਂਸ ਦੇ ਵਿੱਚ ਕੀ ਹੁੰਦਾ, ਕੀ ਚਾਹੀਦਾ, ਕੀ ਚਾਹੀਦਾ ਜਿਹਨੇ ਕਰਾਉਣੀ ਹੋਵੇ? ਹੈਲਥ ਇੰਸ਼ੋਰੈਂਸ ਦੇ ਵਿੱਚ ਆਪਾਂ ਨੂੰ ਇਮੀਗ੍ਰੇਸ਼ਨ ਸਟੈਟਸ ਚਾਹੀਦੇ ਆ, ਉਹਨਾਂ ਦੀ ਇਨਕਮ ਚਾਹੀਦੀ ਆ, ਸੋ ਆਈ ਮੀਨ ਆਲਮੋਸਟ ID ਕਿੱਥੇ ਰਹਿੰਦੇ ਆ,
सो दैट्स ऑल। अपना ओपन इनरोलमेंट शुरू हो गया है जिहड़ा कि अक्टूबर 15 थ्रू दिसंबर 15 आ। सो उहदे विच विच करावांगे तां अपनी जनवरी 1 तो शुरू होया नहीं है पॉलिसी। ਅਜੇ ਜਦੋਂ ਬੰਦਾ ਬਿਮਾਰ ਹੋ ਜਾਂਦਾ ਤਾਂ ਫਿਰ ਉਹ ਤੁਸੀਂ ਪਾਲਿਸੀ ਉਹਦੀ ਕਰਦੇ? ਹਾਂਜੀ ਠੀਕ ਹੈ ਜੀ। ਜੇ ਹੁਣ ਹੁਣ ਕਰਵਾਓਗੇ ਕਰ ਸਕਦੇ ਹਾਂ ਆਪਾਂ ਜਨਵਰੀ 1 ਤੋਂ, ਅਦਰਵਾਈਜ਼ ਤੁਸੀਂ ਪੂਰਾ ਸਾਲ ਇੰਸ਼ੋਰੈਂਸ ਨਹੀਂ ਕਰ ਸਕਦੇ। ਠੀਕ ਹੈ ਠੀਕ ਹੈ। ਅਤੇ ਉਹ ਜਿਹੜੀ ਕੁੜੀ ਪਰੇ ਬੈਠੀ ਗੁੱਸੇ 'ਚ ਕਿਉਂ ਨਾ ਬੈਠੀ ਹੋਈ ਮੈਨੂੰ ਸਮਝ? ਉਹ ਆਪਣੇ ਟਰੈਕਿੰਗ ਦੇ ਬੇਚਾਰੀ ਦੇ ਕੱਪੜੇ ਪਾਟੇ ਹੋਏ ਵੀ ਜਾਂ ਕੀ ਚੱਕਰ ਕੀ ਉਹਦਾ? ਚਲੋ ਮੈਂ ਗੱਲ ਕਰ ਲੈਣਾ। ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਾਹਦੀ ਕਰਦੇ ਇੰਸ਼ੋਰੈਂਸ? ਅਸੀਂ ਟਰੈਕਿੰਗ ਦੀ ਕਰਦੇ ਹਾਂ, ਨਿਊ ਬਿਜ਼ਨਸ। ਅੱਛਾ, ਜੇ ਕਿਸੇ ਨੇ ਨਵਾਂ ਟਰੱਕ ਲਿਆ ਹੈ ਉਹਨੇ ਇੰਸ਼ੋਰੈਂਸ ਪਹਿਲਾਂ ਕਰਾਉਣੀ ਚਾਹੀਦੀ ਕਿ ਬਾਅਦ 'ਚ ਕਰਾਉਣੀ ਚਾਹੀਦੀ ਪੈਂਦੀ? ਨਹੀਂ ਨਹੀਂ, ਪਹਿਲਾਂ ਟਰੱਕ ਲੈ ਲਓ ਫਿਰ ਇੰਸ਼ੋਰੈਂਸ ਕਰਾਂਗੇ। ਹਾਂਜੀ। ਜੇ ਟਰੱਕ ਕਿਸੇ ਨੇ ਲੈ ਲਿਆ ਉਹ ਟਰੱਕ ਲੈ ਕੇ ਫਿਰ ਤੁਹਾਡੇ ਕੋਲ ਕਿਹੜੇ ਕਿਹੜੇ ਪੇਪਰ ਲੈ ਕੇ ਆਵੇ? ਕਿੱਥੋਂ ਕਿੱਥੋਂ ਮਤਲਬ ਪੂਰੇ ਕੈਲੀਫੋਰਨੀਆ 'ਚੋਂ ਟਰੱਕ ਕਿਤੇ ਵੀ ਲੈ ਲਿਆ ਤੁਸੀਂ ਕਰਦੇ ਹੋ ਇੰਸ਼ੋਰੈਂਸ ਜਾਂ ਮਤਲਬ ਇੱਥੇ ਫਰੀਨੋ ਏਰੀਆ 'ਚੋਂ? ਹਾਂਜੀ ਨਹੀਂ ਨਹੀਂ, ਜਿੱਥੋਂ ਮਰਜ਼ੀ ਟਰੱਕ ਲੈ ਲਓ ਆਪਾਂ ਇੰਸ਼ੋਰੈਂਸ ਕਰ ਦਿੰਦੇ ਹਾਂ। ਤੁਸੀਂ ਇੰਸ਼ੋਰੈਂਸ ਕਰ? ਹਾਂਜੀ। ਅਤੇ ਕੀ ਫਾਰਮੈਲਿਟੀਜ਼ ਉਹਦੀਆਂ? ਪਹਿਲਾਂ ਜਾ ਕੇ ਤੁਸੀਂ ਆਪਣੀ ਐਮ ਸੀ ਡੀ ਓ ਟਿਕ ਲਾ ਲਓ। ਅੱਛਾ ਜੀ। ਅਤੇ ਫਿਰ ਤੁਸੀਂ ਸਾਡੇ ਕੋਲ ਆ ਜਾਓ, ਅਸੀਂ ਇੰਸ਼ੋਰੈਂਸ ਕਰ ਦਾਂਗੇ। ਠੀਕ ਹੈ ਜੀ, ਠੀਕ ਹੈ ਠੀਕ ਹੈ ਜੀ। ਥੈਂਕ ਯੂ। ਹੋਰ ਚਾਹ ਪਾਣੀ? ਨਹੀਂ ਨਹੀਂ ਜੀ, ਬਸ ਤੁਸੀਂ ਪੀਓ। ਨਹੀਂ ਹਾਂਜੀ, ਤੁਸੀਂ ਪੀਓ। ਨਹੀਂ ਮੈਂ ਆਪਣਾ ਹੀ ਪੁੱਛਿਆ ਜੀ। ਅੱਛਾ ਅੱਛਾ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ। ਇੱਧਰ ਵੀ ਬੈਠੇ ਨੇ ਮੈਡਮ ਜੀ ਇੱਕ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਤੁਹਾਡਾ? ਸਤਿੰਦਰ। ਸਤਿੰਦਰ ਜੀ, ਤੁਸੀਂ ਕਾਹਦੀ ਕਰਦੇ ਹੋ ਇੰਸ਼ੋਰੈਂਸ? ਟਰੈਕਿੰਗ ਦੀ। ਅੱਛਾ, ਟਰੈਕਿੰਗ ਦੀ। ਤੁਸੀਂ ਵੀ ਟਰੈਕਿੰਗ ਦੀ ਕਰਦੇ? ਟਰੈਕਿੰਗ ਦੀ ਕਾਫੀ ਜ਼ੋਰ ਆ ਟਰੱਕਾਂ ਦੀ ਇੰਸ਼ੋਰੈਂਸ? ਹਾਂਜੀ, ਅਸੀਂ ਰੀਨਿਊ ਕਰਦੇ ਆ। ਦੂਸਰੇ ਪਾਸੇ ਨਿਊ ਬਿਜ਼ਨਸ ਆ। ਉਹ ਨਵੀਂ ਸੀ? ਹਾਂਜੀ, ਉਹ ਨਵੀਂ। ਰੀਨਿਊ ਕਰਦੇ ਤੁਸੀਂ? ਰੀਨਿਊ ਵਾਸਤੇ ਦੱਸ ਦਿਓ ਕੀ ਫਾਰਮੈਲਿਟੀਜ਼ ਹੈਗੀਆਂ। ਰੀਨਿਊ ਵਾਸਤੇ ਜਿੱਦਾਂ ਆਪਣੇ ਕੋਲ ਆਲਰੇਡੀ ਇਨਫੋਰਮੇਸ਼ਨ ਹੁੰਦੀ ਆ, ਜਿਹੜੇ ਇੰਸ਼ੋਰ ਜਿੱਦਾਂ ਆਪਣੇ ਰੀਨਿਊ ਉਹਨਾਂ ਦੀਆਂ ਜਿਹੜਾ ਪਾਲਿਸੀਆਂ ਐਕਸਪਾਇਰ ਹੁੰਦੀਆਂ ਆ, ਸੋ ਉਹਨਾਂ ਦੀਆਂ ਉਹ ਜਦੋਂ ਫਿਰ ਮੁੜ ਕੇ ਉਹਨਾਂ ਦੀ ਇਨਫੋਰਮੇਸ਼ਨ ਲੈ ਕੇ ਕਿ ਉਹਨਾਂ ਨੇ ਆਪਣੇ ਟਰੱਕ ਟ੍ਰੇਲਰ ਦੀ ਕਿੰਨੀ ਵੈਲਿਊ ਰੱਖਣੀ ਆ ਜਾਂ ਕੁਛ ਐਡੀਸ਼ਨਲ ਐਡਿੰਗ ਕਰਨੀਆਂ ਆ ਜਾਂ ਕੁਛ ਡਿਲੀਟਿੰਗ ਕਰਨੀ ਆ, ਸੋ ਉਹਦੇ ਹਿਸਾਬ ਨਾਲ ਅਸੀਂ ਕੋਡ ਲਈਦੇ ਆ। ਤੇ ਨਹੀਂ ਜੇ ਮਤਲਬ ਕਿਤੇ ਹੋਰ ਕਰਾਈ ਹੋਈ ਇੰਸ਼ੋਰੈਂਸ ਮੰਨ ਲਓ, ਫਿਰ ਉਹ ਨਿਊ ਬਿਜ਼ਨਸ 'ਚ ਚਲੇ ਜਾਂਦੀ ਆ। ਉਹ ਨਵੇਂ ਜਾਣੀ ਆ ਤੇ ਤੁਹਾਡਾ ਗਾਹਕ ਨਹੀਂ ਹੈ? ਨਹੀਂ, ਉਹ ਸਾਡਾ। ਮੈਂ ਤਾਂ ਅਜੇ ਨਾ ਤੁਹਾਡਾ ਨਾ ਅਜੇ ਉਹਦਾ ਨਾ ਕੰਮ, ਮੈਂ ਤਾਂ ਅਜੇ ਕਿਸੇ ਦਾ ਗਾਹਕ ਵੀ ਨਹੀਂ, ਮੈਂ ਤਾਂ ਟਰੱਕ ਅਜੇ ਲੱਭਦਾ ਫਿਰਦਾ ਵੀ ਟਰੱਕ ਕਿਸੇ ਦਾ ਕੋਈ ਦੱਬੀਏ ਦੁੱਬੀਏ ਤੇ ਫੇਰ ਇੰਸ਼ੋਰੈਂਸ ਕਰਾ। ਹਾਂਜੀ ਨਹੀਂ, ਫਿਰ ਉਹ ਨਿਊ ਬਿਜ਼ਨਸ ਚਲੇ ਜਾਂਦਾ। ਹਾਂਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਡਰੇ ਹੀ ਨਹੀਂ ਇਹ ਤਾਂ, ਮੈਂ ਤੁਹਾਨੂੰ ਦੇਖ ਕੇ ਮੈਂ ਡਰ ਗਿਆ ਜੀ। ਅੱਛਾ, ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਹੈ ਰਾਜ। ਰਾਜ ਜੀ, ਹਾਂਜੀ। ਅਤੇ ਜਗਦੀਪ ਭਾਅ ਜੀ ਕਿੱਥੇ ਹੈਗੇ ਇੱਥੇ ਦਫ਼ਤਰ 'ਚ? ਹਾਂਜੀ, ਉਹ ਹੁਣੀ ਬਿਜ਼ੀ ਹੈ ਕਲਾਇੰਟ ਦੇ ਨਾਲ। ਅਤੇ ਮੈਂ ਵੀ ਕਲਾਇੰਟ ਹੀ ਸਮਝੋ ਮੈਨੂੰ ਜੀ, ਪੁਲਿਸ ਵਾਲੇ ਬੇਸ਼ੱਕ ਪੈਸੇ ਨਹੀਂ ਦਿੰਦੇ ਹੁੰਦੇ ਕਲਾਇੰਟ ਹੀ ਹੈ ਜੀ। ਚਲੋ ਕੋਈ ਮਿਲਾ ਦਿੰਦੇ ਤੁਹਾਨੂੰ ਜਗਦੀਪ ਭਾਅ ਜੀ। ਠੀਕ ਹੈ, ਉਹ ਨਹੀਂ, ਵੈਸੇ ਪੁਲਿਸ ਨੂੰ ਦੇਖ ਕੇ ਆਸੇ ਪਾਸੇ ਨਾ ਆਉਣਗੇ ਤਾਂ ਬੰਦੇ ਕਹਿੰਦੇ ਚੰਗੇ ਆ। ਹਾਂਜੀ, ਬੰਦੇ ਬਹੁਤ ਵਧੀਆ। ਤੁਸੀਂ ਕਾਹਦੀ ਕਰਦੇ ਹੋ? ਅਸੀਂ ਕਰਦੇ ਹਾਂ ਇੱਥੇ ਆਟੋ ਅਤੇ ਹੋਮ ਦੀ। ਅੱਛਾ ਜੀ, ਅਤੇ ਘਰਾਂ ਦੀ ਇੰਸ਼ੋਰੈਂਸ ਜਾਂ ਅਪਾਰਟਮੈਂਟਾਂ ਦੀ ਇੰਸ਼ੋਰੈਂਸ ਵਾਸਤੇ ਕੀ ਕੀ ਫਾਰਮੈਲਿਟੀ ਹੈਗੀ? ਤੁਹਾਨੂੰ ਬਸ ਡਰਾਈਵਰ ਲਾਇਸੈਂਸ ਦੇਣਾ ਹੁੰਦਾ ਆ, ਅਤੇ ਤੁਸੀਂ ਦੇਣੇ ਆਪਣੇ ਗੱਡੀਆਂ ਦੇ ਵਿਨ ਨੰਬਰ, ਅਤੇ ਅਸੀਂ ਤੁਹਾਡਾ ਰੈਕਡ ਵੀ ਰਨ ਕਰਾਂਗੇ ਇੱਥੇ ਸਾਰਾ ਕੁਛ, ਅਤੇ ਤੁਹਾਨੂੰ ਕੋਟ ਦੇਵਾਂਗੇ। ਸਾਡੇ ਕੋਲ ਤਾਂ ਜਗਦੀਪ ਭਾਅ ਜੀ ਕੋਲ ਹੈਗੇ 8-9 ਕੰਪਨੀ ਆਪਣੇ ਕੋਲ, ਸਾਰੀਆਂ ਏਅਰਵੇਟਡ ਕੰਪਨੀਜ਼ ਆਪਣੇ ਇੱਥੇ, ਐਂਡ ਆਪਾਂ ਨੂੰ ਤਾਂ ਕੋਟ ਕਰਾਂਗੇ ਸਾਰੀਆਂ ਕੰਪਨੀਆਂ 'ਤੇ, ਅਤੇ ਜਿਹੜਾ ਬੈਸਟ ਰੇਟ ਦਊਗਾ ਆਪਾਂ ਨੂੰ ਅਤੇ ਆਪਾਂ ਤੁਹਾਨੂੰ ਦੇਵਾਂਗੇ ਕਵਰੇਜ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ ਜੀ? ਆ ਮੈਨੂੰ ਪਤਾ ਲੱਗਿਆ ਜੀ ਤੁਸੀਂ ਜਿਹੜੇ ਇੱਥੇ ਜਗਦੀਪ ਸਿੰਘ ਕੋਲੇ ਹੈਗੇ ਆ, ਕਲੇਮ ਕਰੂ ਬਾਰੇ ਦਾ ਕੋਈ ਕੀ ਸਿਸਟਮ ਹੁੰਦਾ ਕਲੇਮ ਜਿਹੜਾ ਕੋਈ? ਹਾਂਜੀ, ਮੈਂ ਟਰੱਕਾਂ ਦਾ ਕਲੇਮ ਕਰਦਾ ਜੀ, ਅਤੇ ਜਦੋਂ ਕੋਈ ਟਰੱਕ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਜਾਂਦਾ ਅਤੇ ਫਿਰ ਉਹ ਸਾਡੇ ਕੋਲ ਆਉਂਦੇ ਆ ਜੀ ਕਲਾਇੰਟ ਹੈਲਪ ਲੈਣ, ਅਤੇ ਉਹ ਕਲੇਮ ਫਾਈਲ ਅਸੀਂ ਉਹਨਾਂ ਦੀ ਹੈਲਪ ਕਰ ਦਈਦੀ ਆ। ਅੱਛਾ, ਮਤਲਬ ਜੇ ਐਕਸੀਡੈਂਟ ਹੋ ਜਾਏ ਤਾਂ ਫਿਰ ਕਲੇਮ ਇੱਦਾਂ ਲੈਂਦੇ ਬਾਅਦ 'ਚ? ਹਾਂਜੀ। ਕੀ ਪ੍ਰੋਸੀਜਰ ਹੁੰਦਾ, ਮੰਨ ਲਓ ਪਰਮਾਤਮਾ ਨਾ ਕਰੇ ਕਿਸੇ ਦੀ ਗੱਡੀ ਠੋਗੀ ਹੈ? ਸੋ ਪਹਿਲਾਂ ਤਾਂ ਜੀ ਇਨਫੋਰਮੇਸ਼ਨ ਪੂਰੀ ਇਕੱਠੀ ਕਰਦੇ ਹਾਂ ਵੀ ਕੀ ਹੋਇਆ ਵਾ, ਕਦੋਂ ਹੋਇਆ, ਕਿੱਥੇ ਹੋਇਆ, ਅਤੇ ਉਸ ਤੋਂ ਬਾਅਦ ਫਿਰ ਪੋਲਿਸੀ ਚੈੱਕ ਕਰਕੇ ਫਿਰ ਉਹ ਕਲੇਮ ਉਸ ਹਿਸਾਬ ਨਾਲ ਫਾਈਲ ਕਰ ਦਈਦਾ। ਮਤਲਬ ਬੜਾ ਖੱਜਲ ਤਾਂ ਨਹੀਂ ਹੋਣਾ ਪੈਂਦਾ ਇੱਧਰ ਜੀ? ਜਿੱਦਾਂ ਇੰਡੀਆ ਦੇ ਵਿੱਚ ਤਾਂ ਬੜਾ ਖੱਜਲ ਹੋਣਾ ਪੈਂਦਾ ਜੀ, ਪਹਿਲਾਂ ਉਹ ਬੜਾ ਤੰਗ ਕਰਦੇ ਆ ਕੰਪਨੀਆਂ, ਪਹਿਲਾਂ ਗੱਡੀ ਇੱਕ ਠੁਕੀ ਹੁੰਦੀ ਉਹ ਤੋਂ ਪੁਲਿਸ ਵਾਲੇ ਤੰਗ ਕਰਦੇ ਆ, ਠੀਕ ਹੈ ਜੀ, ਪੁਲਿਸ ਵਾਲੇ ਤੋਂ ਬਾਅਦ ਇੰਸ਼ੋਰੈਂਸ ਵਾਲੇ ਤੰਗ ਕਰਦੇ ਆ। ਇੱਥੇ ਮੈਨੂੰ ਲੱਗਦਾ ਸਿਸਟਮ ਬਹੁਤ ਵਧੀਆ ਹੈਗਾ ਨਾ ਬਣਿਆ ਹੋਇਆ ਤੁਹਾਡਾ, ਖਾਸ ਤੌਰ 'ਤੇ ਜਗਦੀਪ ਸਿੰਘ ਹੋਣਾ ਦਾ? ਹਾਂਜੀ ਬਿਲਕੁਲ, ਬਹੁਤ ਵਧੀਆ ਸਿਸਟਮ ਆ, ਅਤੇ ਕੰਪਨੀਜ਼ ਮੋਸਟਲੀ ਮਹੀਨੇ ਕੁ ਦੇ ਵਿੱਚ ਵਿੱਚ ਕਲੇਮ ਪੂਰਾ ਕਵਰ ਕਰ ਦਿੰਦੀਆਂ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਬਸ ਵਧੀਆ ਜੀ। ਕੀ ਨਾਮ ਜੀ ਤੁਹਾਡਾ? ਗੁਰਬੀਰ ਸਰਪਰਾਜ। ਤੁਸੀਂ ਇੱਥੇ ਫਿਰ ਜਗਦੀਪ ਸਿੰਘ ਭਾਅ ਜੀ ਕੋਲੇ ਇੰਸ਼ੋਰੈਂਸ ਕਰਾਉਣਾ ਹੈ, ਕਾਹਦੀ ਕਰਾ? ਮੇਰੀ ਤਾਂ ਕੰਸਟਰਕਸ਼ਨ ਕੰਪਨੀ ਆ, ਅਤੇ ਅਸੀਂ ਕੰਸਟਰਕਸ਼ਨ ਕਰ ਰਹੇ ਹਾਂ, ਨਵਾਂ ਪ੍ਰੋਜੈਕਟ ਸ਼ੁਰੂ ਕੀਤਾ, ਉਹਦੇ ਲਈ ਤਾਂ ਐਟ ਰਿਸਕ ਬਿਲਡਰਸ ਰਿਸਕ ਪਾਲਿਸੀ ਲੈਣ ਆਏ ਸੀ ਪ੍ਰੋਜੈਕਟ ਲਈ। ਹਾਂਜੀ।
ਛੇਤੀ ਕਰਤਾ ਕੰਸਟਰਕਸ਼ਨ ਦੀ ਹਾਂਜੀ ਕੰਸਟਰਕਸ਼ਨ ਆ ਨਹੀਂ ਮੈਨੂੰ ਪਤਾ ਸੀ ਵੀ ਇਹਦੀ ਵੀ ਕਰਦੇ ਕੰਸਟਰਕਸ਼ਨ ਦੇ ਵਿੱਚ ਕਦੀ ਇੰਸ਼ੋਰੈਂਸ ਕਰਦੇ ਤੁਸੀਂ ਟੂਲ ਜੋ ਵਗੈਰਾ ਤੁਹਾਡੇ ਮਸ਼ੀਨ ਨਹੀਂ ਕੰਸਟਰਕਸ਼ਨ ਦੀ ਕਰੀਦੀ ਜੋ ਪ੍ਰੋਜੈਕਟ ਸ਼ੁਰੂ ਕਰੀਦਾ ਵਾ ਉਹਦਾ ਤਾਂ ਪਹਿਲਾਂ ਤਾਂ ਮਿੱਟੀ ਹੁੰਦੀ ਆ ਫਿਰ ਬਿਲਡਿੰਗ ਸ਼ੁਰੂ ਕਰੀਦੀ ਆ ਬਣਾਉਣੀ ਤੇ ਜਿਹੜੀ ਬਿਲਡਿੰਗ ਕੰਮ ਸ਼ੁਰੂ ਕਰਨਾ ਉੱਤੇ ਜੇ ਤਾਂ ਉਹਨੂੰ ਅੱਗ ਲੱਗ ਕੇ ਸੜ ਜਾਵੇ ਜਾਂ ਕੁਛ ਹੋ ਜਾਵੇ ਸੱਟ ਪੇਟ ਕਿਸੇ ਲੱਗ ਜਾਵੇ ਸੱਟ ਪੇਟ ਲੱਗ ਜਾਵੇ ਹਾਂਜੀ ਉਹਦਾ ਇੰਸ਼ੋਰੈਂਸ ਉਹ ਸਾਰੀ ਫਿਰ ਪਹਿਲਾਂ ਕਰਾ ਲੈਣੀ ਪਹਿਲਾਂ ਕਰਾ ਲੈਣੀ ਹਾਂਜੀ ਵਾਹ ਜੀ ਵਾਹ ਤਾਂ ਮੈਨੂੰ ਪਤਾ ਹੀ ਨਹੀਂ ਸੀ ਹਾਂਜੀ ਹਾਂਜੀ ਮੈਂ ਵੀ ਫਿਰ ਕਰਦਾ ਸਲਾਹ ਉਹਨਾਂ ਨਾਲ ਚਲੋ ਠੀਕ ਹੈ ਜੀ ਥੈਂਕ ਯੂ ਤੁਹਾਡਾ ਥੈਂਕ ਯੂ ਓਕੇ ਲਓ ਜੀ ਇੱਧਰ ਬੈਠੇ ਨੇ ਮੇਰੇ ਖਿਆਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਜਮਾਂ ਹੀ ਤੁਹਾਡੇ ਵਰਗੇ ਬੰਦਾ ਮੈਨੂੰ ਬਾਹਰ ਮਿਲਿਆ ਸੀਗਾ ਜੀ ਹਾਂਜੀ ਤੁਸੀਂ ਹੋਈ ਆ ਮੈਂ ਹੀ ਹਾਂ ਜੀ ਉਹ ਮੈਂ ਹੀ ਮਿਲਿਆ ਸੀ ਜੀ ਤੁਹਾਨੂੰ ਕਰਨੈਲ ਸਿੰਘ ਜੀ ਹਾਂਜੀ ਹਾਲ ਹੈ ਜੀ ਉਹ ਤਾਂ ਮੈਨੂੰ ਬਾਅਦ ਚ ਪਤਾ ਲੱਗਾ ਜੀ ਮੈਂ ਤਾਂ ਨਾ ਜਿੰਨੀ ਤੁਹਾਡੀ ਰਿਸਪੈਕਟ ਕਰਨੀ ਚਾਹੀ ਸਤਿਕਾਰ ਕਰਨਾ ਚਾਹੀਦਾ ਕੀਤਾ ਨਹੀਂ ਹਾਂਜੀ ਮੈਨੂੰ ਪਤਾ ਲੱਗਿਆ ਨਾ ਜੀ ਇੱਕੋ ਕਹਿੰਦੇ ਵੀ ਪੰਜਾਬ ਦੇ ਵਿੱਚ ਉਹ ਵੋਟਰਾਂ 'ਚ ਖੜ ਗਏ ਪਿਓ ਤੇ ਪੁੱਤ ਸਰਪੰਚੀ ਦੀਆਂ 'ਚ ਹਾਂਜੀ ਆਹਮੋ ਸਾਹਮਣੇ ਹਾਂਜੀ ਹਾਂਜੀ ਇੱਕ ਕਾਂਗਰਸ ਵੱਲੋਂ ਇੱਕ ਅਕਾਲੀ ਵੱਲੋਂ ਹਾਂਜੀ ਪੁੱਤ ਜਿੱਤ ਗਿਆ ਹਾਂਜੀ ਤੇ ਪਿਓ ਨੇ ਪਾਰਟੀ ਕੀਤੀ ਬੜੀਆਂ ਦਾਰੂਆਂ ਪਵਾਈਆਂ ਤੇ ਲੋਕੀ ਕਹਿੰਦੇ ਵੀ ਤੂੰ ਤਾਂ ਹਾਰਿਆ ਤੂੰ ਪਾਰਟੀਆਂ ਕਰੀ ਜਾਂਦਾ ਉਹ ਕਹਿੰਦਾ ਜੇ ਮੈਂ ਜਿੱਤ ਜਾਂਦਾ ਕੀ ਹੁੰਦਾ ਉਹ ਕਹਿੰਦਾ ਸਰਪੰਚ ਕਹਿੰਦਾ ਮੈਂ ਹੁਣ ਸਰਪੰਚ ਦਾ ਵੀ ਪਿਓ ਹਾਂ ਹੁਣ ਮੈਨੂੰ ਪਤਾ ਲੱਗਿਆ ਜੀ ਕਰਨੈਲ ਸਿੰਘ ਜੀ ਜਗਦੀਪ ਸਿੰਘ ਦੇ ਵੀ ਪਿਓ ਨੇ ਹਾਂਜੀ ਸਰਪੰਚ ਸਾਹਿਬ ਤੋਂ ਉਹਨਾਂ ਦੇ ਚਲੋ ਜੀ ਬਹੁਤ ਵਧੀਆ ਜੀ ਬਹੁਤ ਸਾਊ ਸੁਭਾਅ ਉਹਨਾਂ ਦਾ ਵੀ ਹਾਂਜੀ ਬਹੁਤ ਤੇ ਅੱਛਾ ਫਿਰ ਤੁਸੀਂ ਇੱਥੇ ਕਾਹਦਾ ਸਾਰਾ ਅਕਾਊਂਟ ਵਗੈਰਾ ਤੁਸੀਂ ਦੇਖਦੇ ਹੋ ਹਾਂਜੀ ਮੈਂ ਬੈਂਕ ਦਾ ਕੰਮ ਡਾਕ ਡੂਕ ਦਾ ਕੰਮ ਨਾਲ ਕਰੀ ਜਾਂਦਾ ਮਾੜਾ ਜਿਹਾ ਹੈਲਪ ਕਰਾਈ ਜਾਂਦਾ ਬੱਚਿਆਂ ਦੀ ਬਸ ਚਲੋ ਵਧੀਆ ਜੀ ਜੇ ਪੁਲਿਸ ਨੂੰ ਚੱਕ ਚੁੱਕ ਦੇਣਾ ਹੋਵੇ ਤੁਸੀਂ ਦਿਓਗੇ ਜਾਂ ਜਗਦੀਪ ਭਾਈ ਦੇਣਗੇ ਜੀ ਨਾ ਦੇ ਦਾਂ ਕੋਈ ਗੱਲ ਨਹੀਂ ਚੈੱਕ ਦੇਣਾ ਪੁਲਿਸ ਨੂੰ ਕਿਹੜਾ ਏਰੀਆ ਉਧਰੋਂ ਜੀ ਆਪਣਾ ਪੰਜਾਬ ਆਪਣਾ ਲੁਧਿਆਣਾ ਜੀ ਖਾਸ ਖਾਸ ਲੁਧਿਆਣਾ ਦੇ ਆਲਮਗੀਰ ਦੇ ਨਾਲ ਚੁਪਕੀ ਪਿੰਡ ਆ ਜੀ ਵਾਹ ਜੀ ਵਾਹ ਕਿੰਨੀ ਦੇਰ ਹੋ ਗਈ ਇਧਰ ਆਏ ਨੂੰ ਫਿਰ ਆਊਗਾ ਜੀ 20 ਸਾਲ ਜੀ ਤੇ ਇੱਥੇ ਆਹ ਜਗਦੀਪ ਭਾਜੀ ਹੁਣਾਂ ਦਾ ਕੰਮ ਕਾਰ ਕਿੰਨੀ ਦੇਰ ਹੋ ਗਈ ਇਹਨਾਂ ਨੂੰ ਇਹਨਾਂ ਨੂੰ ਹੋ ਗਏ ਜੀ 15 ਸਾਲ ਹੋ ਗਏ ਜੀ ਵਾਹ ਜੀ ਵਾਹ ਬਹੁਤ ਮੈਂ ਕਹਿੰਦਾ ਮੈਂ ਤਾਂ ਹੈਰਾਨ ਰਹਿ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਜੀ ਬੜਾ ਵਧੀਆ ਕੰਮ ਲੋਕੀ ਜਿੰਨੇ ਮਿਲੇ ਸਾਰੇ ਬੜੀ ਤਾਰੀਫ ਕਰਦੇ ਜੀ ਹਾਂਜੀ ਹਾਂਜੀ ਸਾਰਾ ਕੰਮ ਤਸੱਲੀਬਾਜ਼ ਕਰਦੇ ਆ ਜੀ ਜੀ ਬਿਲਕੁਲ ਹਾਂਜੀ ਤੇ ਚਲੋ ਹੋਰ ਚਾਹ ਪਾਣੀ ਜੀ ਬਸ ਤੁਸੀਂ ਦੱਸੋ ਜੀ ਮੈਂ ਆਪਣੇ ਪੁੱਛਿਆ ਜੀ ਹਾਂਜੀ ਕੋਈ ਨਹੀਂ ਚਾਹ ਪਾਣੀ ਕਰ ਦਾਂਗੇ ਠੀਕ ਹੈ ਜੀ ਚਲੋ ਥੈਂਕ ਯੂ ਥੈਂਕ ਯੂ ਓਕੇ ਜੀ ਥੈਂਕ ਯੂ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਬਸ ਵਧੀਆ ਜੀ ਤੁਸੀਂ ਮੈਂ ਦਿਸ ਇਜ਼ ਦਾ ਵਿਕਰਮ ਬਾਦਸ਼ਾਹ ਫਰੋਮ ਦਾ ਪੰਜਾਬ ਐਂਡ ਦਾ ਥੈਂਕ ਯੂ ਵੈਰੀ ਮੱਚ ਬੈਠੋ ਜੀ ਕੋਈ ਨਹੀਂ ਆਪਣੇ ਹੀ ਦਫ਼ਤਰ ਸਮਝੋ ਜੀ ਤੁਸੀਂ ਬੈਠੋ ਭਾਈ ਹਾਂ ਲਓ ਜੀ ਬਹਿ ਕੇ ਭਾਜੀ ਭਾਜੀ ਮੈਂ ਅੱਜ ਆਇਆ ਸੀ ਇੱਥੇ ਜਗਦੀਪ ਸਿੰਘ ਹੁਣਾਂ ਕੋਲੇ ਹਾਂਜੀ ਬੜਾ ਵਧੀਆ ਮਾਹੌਲ ਹੈ ਤੇ ਮੈਂ ਕਹਿੰਦਾ ਦੁਨੀਆ ਬੜੀ ਖੁਸ਼ ਬੜੇ ਰੌਣਕ ਲੱਗੀ ਵੀ ਪੂਰੀ ਬਿਲਕੁਲ ਬਿਲਕੁਲ ਤੇ ਮੈਨੂੰ ਫਿਰ ਮੇਰੇ ਜਨਾਬ ਦਾ ਫੋਨ ਆਇਆ ਇੰਡੀਆ ਤੋਂ ਕਹਿੰਦੇ ਵੀ ਆ ਪੁੱਛ ਕੇ ਆ ਤੁਸੀਂ ਜਿਹੜਾ ਸਮਾਨ ਸਮੂਨ ਛੋਟਾ ਮੋਟਾ ਹੁੰਦਾ ਕੰਮ ਕਾਰ ਛੋਟੇ ਮੋਟੇ ਹੁੰਦੇ ਬਿਜ਼ਨਸ ਗੈਸ ਸਟੇਸ਼ਨ ਵਗੈਰਾ ਵੀ ਉਹਨਾਂ ਦੀ ਇੰਸ਼ੋਰੈਂਸ ਦਾ ਜਿਹੜਾ ਉਹਦਾ ਕੀ ਸਿਸਟਮ ਹੈ ਇਹ ਤੁਸੀਂ ਦੱਸੋ ਜੀ ਵੀ ਕੀ ਜਿਹੜੇ ਤੁਸੀਂ ਕਾਹਦਾ ਕਾਹਦਾ ਕਰਦੇ ਦੇਖਦੇ ਹੋ ਕੰਮ ਹਾਂਜੀ ਪਹਿਲਾਂ ਡੰਡਾ ਰੱਖੋ ਪਰ ਇਹਦਾ ਵੀ ਡਰਦੇ ਦੀ ਆਵਾਜ਼ ਨਾ ਨਿਕਲੇ ਆ ਲਓ ਜੀ ਡੰਡਾ ਇਹ ਵੈਸੇ ਦੇਖੋ ਜੀ ਅੱਜ ਕੱਲ੍ਹ ਵੀ ਦੇਖੋ ਪੰਜਾਬ ਪੁਲਿਸ ਨੂੰ ਡੰਡਾ ਦੇ ਰੱਖਿਆ ਕਿੰਨੀ ਪੁਰਾਣੀ ਗੱਲ 1947 ਤੋਂ ਇਹ ਹੈਗਾ ਹੁਣ ਅੱਜ ਕੱਲ੍ਹ ਕੌਣ ਪੁੱਛਦੇ ਡੰਡੇ ਨੂੰ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਤੇ ਬਾਕੀ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਸਹੀ ਜਗ੍ਹਾ ਤੇ ਆਏ ਹੋ ਹਾਂਜੀ ਆਪਾਂ ਇੱਥੇ ਸਮਾਲ ਬਿਜ਼ਨਸ ਜਿੰਨਾ ਵੀ ਆ ਉਹਦੀ ਇੰਸ਼ੋਰੈਂਸ ਕਰਦੇ ਹਾਂ ਸਮਾਲ ਬਿਜ਼ਨਸ ਦੇ ਵਿੱਚ ਜਿੰਨੇ ਵੀ ਛੋਟੇ ਸਟੋਰ ਛੋਟੇ ਤੋਂ ਜਾਂ ਵੱਡੇ ਸਟੋਰ ਉਹ ਸਾਰੇ ਹੀ ਆ ਜਾਂਦੇ ਆ ਜਿਹਦੇ ਵਿੱਚ ਗੈਸ ਸਟੇਸ਼ਨ ਆ ਗਿਆ ਲਿਕਰ ਸਟੋਰ ਆ ਗਿਆ ਕਨਵੀਨੀਅੰਸ ਸਟੋਰ ਆ ਗਿਆ ਬੇਕਰੀਜ਼ ਹੋ ਗਈਆਂ ਰੈਸਟੋਰੈਂਟਸ ਹੋ ਗਏ ਆਈਸਕ੍ਰੀਮ ਸ਼ਾਪਸ ਹੋ ਗਈਆਂ ਸਬਵੇਜ਼ ਹੋ ਗਏ ਅੱਛਾ ਜੀ ਮਤਲਬ ਤੁਸੀਂ ਕੋਈ ਨਾਂ ਲਵੋ ਸਮਾਲ ਬਿਜ਼ਨਸ ਦਾ ਉਹ ਆਪਾਂ ਜਿਹੜੀ ਇੰਸ਼ੋਰੈਂਸ ਇੱਥੇ ਕਰਦੇ ਹਾਂ ਇੰਸ਼ੋਰੈਂਸ ਤੁਸੀਂ ਕਰਦੇ ਹੋ ਹਾਂਜੀ ਬਿਲਕੁਲ ਪਰਮਾਤਮਾ ਨਾ ਕਰੇ ਜੇ 19 ਕੀ ਹੋ ਜਾਏ ਤਾਂ ਫੇਰ ਮਤਲਬ ਛੇਤੀ ਕੰਮ ਨਿਬੜ ਜਾਂਦਾ ਹਾਂਜੀ ਬਿਲਕੁਲ 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 ਜੀ ਮੈਂ ਤਾਂ ਹੋਵੇ ਨਾ ਹਾਂ ਪਹਿਲੀ ਗੱਲ ਤਾਂ ਹੋਵੇ ਨਾ ਜੇ ਹੋ ਜਾਵੇ ਤੇ ਆਪਾਂ ਆਪਣੇ ਵੱਲੋਂ ਜਿਹੜਾ ਕੰਮ ਕਰੀਦਾ ਵਾ ਉਹ 100% ਜਿਹੜਾ ਸਹੀ ਕੰਮ ਕਰੀਦਾ ਤੇ ਕੋਸ਼ਿਸ਼ ਕਰੀਦੀ ਆ ਕਿ ਕਵਰੇਜ ਜਿਹੜੀ ਉਹ ਸਭ ਤੋਂ ਵਧੀਆ ਹੋਣ ਤੇ ਪੈਸੇ ਜਿਹੜੇ ਆ ਉਹ ਘੱਟ ਤੋਂ ਘੱਟ ਹੋਣ ਸੋ ਜਿਵੇਂ ਤੁਸੀਂ ਕਹਿ ਰਹੇ ਹੋ ਜੇ ਇਵੇਂ ਦਾ ਕੋਈ ਕੰਮ ਹੋ ਜਾਵੇ ਤੇ ਪੁਲਿਸ ਰਿਪੋਰਟ ਜਿਹੜੀ ਉਹ ਛੇਤੀ ਲਿਖ ਲਵੇ ਤੇ ਕਲੇਮ ਜਿਹੜਾ ਫਿਰ ਉਹ ਛੇਤੀ ਹੋ ਜਾਂਦਾ ਇੰਡੀਆ ਵਾਲਾ ਕੰਮ ਨਹੀਂ ਇੱਥੇ ਇਦੋਂ ਵਧੀਆ ਨਹੀਂ ਜੀ ਬਿਲਕੁਲ ਤੁਹਾਨੂੰ ਕਿੰਨੀ ਦੇਰ ਹੋ ਗਈ ਇਸ ਲਾਈਨ 'ਚ ਫਿਰ ਮੈਨੂੰ ਤਕਰੀਬਨ 15 ਸਾਲ ਹੋ ਗਏ ਆ ਇਸ ਲਾਈਨ ਠੀਕ ਲੱਗਦਾ ਜੀ ਕਦੇ ਲੱਗਿਆ ਤਾਂ ਨਹੀਂ ਵੀ ਆਪਾਂ ਭਾਈ ਕੰਮ ਹੋਰ ਬਦਲੀਏ ਜਾਂ ਹੋਰ ਨਾਲ ਸ਼ੁਰੂ ਹੋਰ ਹੈਗੇ ਤੁਹਾਡੇ ਕੰਮ ਮੈਨੂੰ ਪਤਾ ਆਈ ਕੇ ਮੈਂ ਸੁਣਿਆ ਮੈਂ ਗਿਆ ਉੱਥੇ ਆਈ ਕੇ ਵੀ ਤੁਸੀਂ ਟੱਕਰੇ ਨਹੀਂ ਉਹਦੇ ਨਾਲ ਹਾਂਜੀ ਕੰਮ ਤਾਂ ਆਪਣੇ ਬਹੁਤ ਹੈਗੇ ਆ ਪਰ ਇਹ ਕੰਮ ਜਿਹੜਾ ਵਾ ਇਹਦੇ ਵਿੱਚ ਮੈਨੂੰ ਇਵੇਂ ਮਹਿਸੂਸ ਹੁੰਦਾ ਵਾ ਕਿ ਮੇਰੇ ਜਿਹੜੇ ਭੈਣ ਭਰਾ ਵਾ ਜਿਹੜੇ ਕਿ ਫਰੈਸਨੋ ਏਰੀਏ 'ਚ ਜਾਂ ਕੈਲੀਫੋਰਨੀਆ ਏਰੀਏ ਦੇ ਵਿੱਚ ਇੱਦਾਂ ਦੇ ਬਿਜ਼ਨਸ ਜਿਹੜੇ ਮੈਂ ਨਾਂ ਲਏ ਆ ਉਹਨਾਂ ਨੂੰ ਬਹੁਤ ਓਨ ਕਰਦੇ ਆ ਸੋ ਮੈਨੂੰ ਮਹਿਸੂਸ ਹੁੰਦਾ ਕਿ ਮੈਂ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਉਹਨਾਂ ਦੀ ਜਿਹੜੀ ਕੋਈ ਮਦਦ ਕਰਨ ਦੀ ਕੋਸ਼ਿਸ਼ ਕਰਦਾ
ਆ ਵੀ ਜਾਣ, ਹਾਂਜੀ ਟੈਕਸ ਵੀ ਨਾ ਭਰੀਏ, ਪਰ ਫਿਰ ਵੀ ਤੁਸੀਂ ਚੰਗਾ ਪੰਜਾਬੀਆਂ ਦੀ ਬਹੁਤ ਹੈਲਪ ਕਰਦੇ ਹੋ, ਤੇ ਵੈਸੇ ਤਾਂ ਹਰ ਕਮਿਊਨਿਟੀ ਦੇ ਲੋਕ ਆਉਂਦੇ ਹੋਣ ਤੁਹਾਡੇ ਕੋਲ? ਹਾਂਜੀ ਬਿਲਕੁਲ ਬਿਲਕੁਲ, ਆਪਣੇ ਕੋਲ ਪੰਜਾਬੀ ਜਾਂ ਅਰੇਬੀਅਨ ਜਾਂ ਅਮੈਰੀਕਨ ਕਹਿ ਲਓ ਕਿ ਹਰ ਇੱਕ ਕਮਿਊਨਿਟੀ ਜਿਹੜੇ ਲੋਕ ਆ ਉਹ ਆਉਂਦੇ ਆ, ਅਤੇ ਆਪਾਂ ਜਿਹੜੀ ਸੇਵਾ ਵੀ ਆ ਉਹ ਦਿਲੋਂ ਕਰੀਦੀ ਆ, ਹਰ ਇੱਕ ਕਮਿਊਨਿਟੀ, ਕੋਈ ਭੇਦਭਾਵ ਵਾਲੀ ਗੱਲ ਨਹੀਂ ਗੀ। ਵਾਹ ਜੀ ਵਾਹ, ਬਹੁਤ ਥੈਂਕ ਯੂ ਤੁਹਾਡਾ, ਥੈਂਕ ਯੂ, ਬਹੁਤ ਜਾਣਕਾਰੀ ਹਾਸਲ ਹੋਈ, ਬੜੀ ਮਿਹਰਬਾਨੀ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਆਓ ਜੀ ਇੱਧਰ ਪੁੱਛਦੇ ਆ ਵੀ ਪੰਜਾਬੀ ਹੀ ਲੱਗਦੇ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਸਸੀ, ਓ ਅੱਛਾ, ਨੋ ਪੰਜਾਬੀ? ਨੋ ਇੰਗਲਿਸ਼, ਡੋਂਟ ਵਰੀ, ਆਈ ਨੋ ਇੰਗਲਿਸ਼, ਆਈ ਵੀ ਗੁੱਡ ਨਾਈਟ, ਵੈਰੀ ਨਾਈਸ ਇੰਗਲਿਸ਼, ਜਸ ਵਟ ਇਜ਼ ਯੂਅਰ ਨੇਮ ਸਰ? ਰੇ ਕੈਸਟਲਨ। ਹਾਂਜੀ ਕੈਸਟਲਨ, ਰੇ ਕੈਸਟਲਨ, ਯੈਸ ਨਾਈਸ ਨੇਮ, ਥੈਂਕ ਯੂ। ਯੂ ਵਰਕ ਇਨ ਮੂਵੀ, ਹਾਲੀਵੁੱਡ ਮੂਵੀ? ਨੋ ਹੀਰੋ? ਨੋ ਨੋ, ਲੁਕਿੰਗ ਲਾਈਕ ਹੀਰੋ। ਸੋ ਸਰ ਗੱਲ ਇੱਦਾਂ ਵੀ ਮੈਂ ਪੁੱਛਣਾ ਚਾਹੁੰਦਾ ਲਾਈਫ ਇੰਸ਼ੋਰੈਂਸ ਬਾਰੇ, ਕੈਨ ਯੂ ਸਪੀਕ? ਹਾਂਜੀ, ਓਕੇ, ਸੋ ਸਮ ਆਫ ਆਰ ਬੈਸਟ ਸੈਲਿੰਗ ਪ੍ਰੋਡਕਟਸ ਆਰ ਜਸਟ ਬੇਸਿਕ ਲਾਈਫ ਇੰਸ਼ੋਰੈਂਸ, ਬਟ ਦ ਮੋਸਟ ਰਿਕੁਐਸਟਡ ਟਾਈਪ ਆਫ ਪਾਲਿਸੀ ਇਜ਼ ਦ ਵਨ ਦੈਟ ਇਜ਼ ਅ ਰਿਟਰਨ ਆਫ ਪ੍ਰੀਮੀਅਮ, ਸੋ ਆਫਟਰ ਯੂਰ 20 ਔਰ 30 ਈਅਰਸ ਆਫ ਪੇਇੰਗ ਫੋਰ ਦੈਟ ਬੈਨੀਫਿਟ, upon you surviving, you receive 100% of your money's back. So ji, that is one of the most popular policies. theek hai ji, vaise to mainu samajh aa gayi hai ji inhan ne ki kiya, haan ji, par phir bhi tusi mada dass do ve ki kende ve kidda kehdi policy lani chahidi? ik kende life insurance mostly jehde loki hun lende ah oh lende ki return premium jehde 20 saal jaan 30 saal baad hundi hai, jehde apa paise monthly pay karde ho apa nu wapas mude aunde hai ji। ਉਹ ਵੈਰੀ ਗੁੱਡ, ਆਹ ਬਣੀ ਗੱਲ ਜੀ। ਲੈ ਮੇਰੀ ਘਰਵਾਲੀ ਕਹਿੰਦੀ ਤੂੰ ਆਪਦੀ ਲਾਈਫ ਇੰਸ਼ੋਰੈਂਸ ਕਰਾ ਲਾ, ਮੈਂ ਕਿਹਾ ਮੈਂ ਕਿਸ਼ਤਾਂ ਮੈਂ ਭਰੂ, ਪੈਸੇ ਉਹਨੂੰ ਮਿਲ ਜਾਣੇ ਮਰਨ ਤੋਂ ਬਾਅਦ, ਆਹ ਵਧੀਆ ਵੀ ਨਾਲ ਪੈਸੇ ਮੇਰੇ ਵਾਪਸ ਆ ਜਾਂਦੇ ਆ। 30 ਸਾਲਾਂ ਬਾਅਦ ਆਉਣੇ, 30 ਸਾਲ ਬਾਅਦ, 30 ਸਾਲ ਤੋਂ ਜੀਣਾ ਹਜੇ ਮੈਂ ਜੀ, ਫਿਕਰ ਨਾ ਕਰੋ। ਥੈਂਕ ਯੂ ਸਰ ਵੈਰੀ ਮੱਚ ਜੀ, ਵੈਰੀ ਨਾਈਸ, ਥੈਂਕ ਯੂ, ਤੁਹਾਡਾ ਵੀ ਜੀ ਬਹੁਤ ਬਹੁਤ ਥੈਂਕ ਯੂ, ਥੈਂਕ ਯੂ ਜੀ। ਲਓ ਜੀ, ਅੱਜ ਮੈਂ ਕਹਿੰਦਾ ਬਹਿਜਾ ਬਹਿਜਾ ਹੋ ਗਈ ਜੇ ਐਸ ਟਰੱਕ ਇੰਸ਼ੋਰੈਂਸ ਕੰਪਨੀ ਜਿਹੜੀ ਹੈ ਜਗਦੀਪ ਸਿੰਘ ਉਹਨਾਂ ਦੀ ਫਰਜਨੋ ਦੇ ਵਿੱਚ, ਕਮਾਲ ਹੋ ਗਈ। ਔਰ ਅਖੀਰ ਉਹ ਘੜੀ ਆ ਗਈ ਆ ਜਿਹਦੀ ਮੈਨੂੰ ਉਡੀਕ ਸੀ, ਮੈਂ ਜਗਦੀਪ ਸਿੰਘ ਉਹਨਾਂ ਨੂੰ ਮਿਲਣਾ ਸੀ ਅਤੇ ਮਿਲ ਲਿਆ, ਕੋਲ ਮੇਰੇ ਬੈਠੇ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਹਿੰਦਾ ਜੀ ਮਜ਼ਾ ਆ ਗਿਆ ਜੀ, ਮੈਂ ਇੰਨਾ ਤੁਹਾਡਾ ਨਾਂ ਸੁਣਿਆ, ਚਾਰ ਚੁਫੇਰੇ ਇੰਨਾ ਸੁਣਿਆ, ਜਿੰਨਾ ਗੱਲ ਕਰੋ ਤੁਹਾਡਾ ਨਾਂ ਲੈਂਦਾ, ਅਤੇ ਮੈਨੂੰ ਨਾ ਇੱਕ ਦਿਮਾਗ ਦੇ ਕੂਣੇ ਜਿਹੇ 'ਚ ਡਰ ਜਿਹਾ ਬੈਠਾ ਸੀ, ਮੈਂ ਕਿਤੇ ਗੁੱਸੇ ਜਿਹੇ ਵਾਲੇ ਨਾ ਹੋਣ ਭਾਅ ਜੀ, ਪਰ ਤੁਸੀਂ ਬਹੁਤ ਬਹੁਤ ਜਿਵੇਂ ਤੁਹਾਡਾ ਕੰਮ ਇੰਨਾ ਵਧੀਆ, ਤੁਸੀਂ ਵੀ ਬਹੁਤ ਵਧੀਆ ਹੋ। ਅਤੇ ਭਾਅ ਜੀ ਜਿਹੜੀ ਇੱਕ ਲੋਕ ਬਹੁਤ ਕਨਫਿਊਜ਼ਨ ਆ ਜੀ, ਮੈਨੂੰ ਵੀ ਪਤਾ ਨਹੀਂ ਸੀ ਨਾ ਇਸ ਚੀਜ਼ ਦਾ, ਤਾਂ ਮੈਨੂੰ ਇੰਡੀਆ ਤੋਂ ਫੋਨ ਆਇਆ ਵੀ ਕੈਲੀਫੋਰਨੀਆ ਕਵਰਡ ਕੈਲੀਫੋਰਨੀਆ, ਮੇਰੇ ਜਨਾਬ ਦਾ ਵੀ ਉਹਦੇ ਬਾਰੇ ਪਤਾ ਕਰਕੇ ਲੋਕਾਂ ਨੂੰ ਦੱਸੋ ਜਗਦੀਪ ਸਿੰਘ ਕੋਲ ਜਾ, ਤਾਂ ਮੈਨੂੰ ਇਸ ਵੀ ਕੈਲੀਫੋਰਨੀਆ ਕਵਰ ਕਰਨਾ, ਮੈਂ ਤਰਪਾਲ ਲੱਭੀ ਜਾਂਦਾ ਸੀ ਵੀ ਕੈਲੀਫੋਰਨੀਆ ਤੋਂ ਇੱਕ ਤਰਪਾਲ ਪਾਉਣੀ ਸਾਰੇ ਦੇ, ਉਹ ਬਾਅਦ 'ਚ ਪਤਾ ਲੱਗਾ ਵੀ ਕਵਰਡ ਕੈਲੀਫੋਰਨੀਆ ਇੱਕ ਜ਼ਰੂਰੀ ਇੰਸ਼ੋਰੈਂਸ ਹੈਗੀ ਆ, ਸੋ ਜਿਹੜੀ ਅੱਜ ਕੱਲ੍ਹ ਚੱਲ ਰਹੀ ਆ ਵੀ ਅੱਜ ਕੱਲ੍ਹ ਕਰਨੀ ਜ਼ਰੂਰੀ ਆ। ਭਾਅ ਜੀ ਪਹਿਲਾਂ ਤਾਂ ਇਹ ਦੱਸੋ ਕਵਰਡ ਕੈਲੀਫੋਰਨੀਆ ਹੈ ਕੀ ਆ? ਇੱਕ ਕਵਰਡ ਕੈਲੀਫੋਰਨੀਆ ਜੀ ਅਫੋਰਡੇਬਲ ਹੈਲਥ ਕੇਅਰ ਪਲਾਨ ਦਾ ਹਿੱਸਾ ਵਾ ਇਹ, ਫੈਡਰਲ ਗੌਰਮੈਂਟ ਨੇ ਜਿਹੜਾ USDA ਨੇ ਸ਼ੁਰੂ ਕੀਤਾ ਸੀ, ਅਤੇ ਕਵਰਡ ਕੈਲੀਫੋਰਨੀਆ ਐਕਸਚੇਂਜ ਕੈਲੀਫੋਰਨੀਆ ਸਟੇਟ ਨੇ ਆਪਦੀ ਬਣਾਈ ਹੈ, ਠੀਕ ਹੈ ਜੀ। ਇਹਦੇ ਵਿੱਚ ਜਿਹੜੇ ਲੋਕ ਹੈਲਥ ਇੰਸ਼ੋਰੈਂਸ ਅਫੋਰਡ ਨਹੀਂ ਕਰ ਸਕਦੇ ਉਹਨਾਂ ਨੂੰ ਇਹ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਨੇ, ਫਾਈਨੈਂਸ਼ੀਅਲ ਮਦਦ ਜਿਹਨੂੰ ਕਹਿੰਦੇ ਆ, ਅਤੇ ਤਾਂ ਕਿ ਉਹ ਬੰਦੇ ਆਪਦੀ ਹੈਲਥ ਇੰਸ਼ੋਰੈਂਸ ਲੈ ਸਕਣ ਅਤੇ ਅਫੋਰਡ ਕਰ ਸਕਣ। ਅਤੇ ਪਹਿਲਾਂ ਮੇਰੇ ਖਿਆਲ ਇਸੇ ਦਾ ਨਾਮ ਸੀਗਾ ਸ਼ਾਇਦ ਓਬਾਮਾ ਕੇਅਰ, ਹੈ ਨਾ ਜੀ? ਓਬਾਮਾ ਕੇਅਰ, ਹਾਂ, ਲੋਕਾਂ ਨੂੰ ਇਹ ਲੱਗਦਾ ਵੀ ਓਬਾਮਾ ਕੇਅਰ ਵਾਲੀ ਗੱਲ ਜਿਹੜੀ, ਔਰ ਸਹੀ ਗੱਲ ਉਹੀ ਚੀਜ਼ ਹੈਗੀ ਹੈ ਜੀ। ਕਵਰਡ ਕੈਲੀਫੋਰਨੀਆ ਨਾਮ ਇਹਦਾ ਹੈਗਾ ਵੀ ਸਾਰਾ ਕੈਲੀਫੋਰਨੀਆ ਕਵਰ ਹੁੰਦਾ ਜੀ। ਮੰਨ ਲਓ ਇੱਥੇ ਕਰਾਉਂਦੇ ਤੁਹਾਡੇ ਕੋਲ ਇੰਸ਼ੋਰੈਂਸ ਕੋਈ ਹੈਲਥ ਇੰਸ਼ੋਰੈਂਸ, ਬਿਲਕੁਲ, ਅਤੇ ਉਹ ਕੈਲੀਫੋਰਨੀਆ ਜਿੱਥੇ ਮਰਜ਼ੀ ਉਹਨੂੰ ਵਰਤ ਸਕਦੇ ਜੀ? ਬਿਲਕੁਲ ਜੀ, ਕੈਲੀਫੋਰਨੀਆ 'ਚ ਜਿੱਥੇ ਮਰਜ਼ੀ ਉਹ ਵਰਤ ਸਕਦੇ ਨੇ ਐਮਰਜੈਂਸੀ ਦੇ ਵਿੱਚ, ਬਟ ਪ੍ਰਾਇਮਰੀ ਕੇਅਰ ਆ ਜਿਹੜਾ ਉਹਨਾਂ ਦਾ ਜਿਹੜੀ ਕਾਉਂਟੀ 'ਚ ਰਹਿੰਦੇ ਨੇ ਉਹ ਉੱਥੇ ਹੋਣਾ ਚਾਹੀਦਾ ਵਾ। ਅੱਛਾ ਜੀ, ਇਹ ਚੀਜ਼ਾਂ ਨਾਲ ਕਰਦੀਆਂ ਨੇ। ਅੱਛਾ, ਜਿਹੜੀ ਕਵਰਡ ਕੈਲੀਫੋਰਨੀਆ ਬਾਰੇ ਹੁਣ ਕਿੰਨੀ ਤੋਂ ਕਿੰਨੀ ਤਰੀਕ ਤੱਕ ਜ਼ਰੂਰੀ ਹੈ? ਅਤੇ ਕਈ ਹੁਣ ਨਹੀਂ ਕਰਾਉਂਦੇ, ਸਾਡੇ ਵੀ ਹੈਗੇ ਨਿਊਯਾਰਕ ਸੀਗੇ ਬੰਦੇ, ਉਹਨੇ ਕਰਾਏ ਹੀ ਨਹੀਂ, ਕਹਿੰਦੇ ਕੀ ਲੋੜ ਆ, ਅਤੇ ਬਾਅਦ ਦੇ ਵਿੱਚ ਪਤਾ ਲੱਗਿਆ ਜੋ ਚਿੱਠੀ ਆ ਗਈ ਵਾ ਉਹ ਫੜ ਲਾ ਸੀ ਆ ਕੇ ਵੱਡਾ ਸਾਰਾ, ਅਤੇ ਉਹ ਫਿਰ ਦੇਖੇ ਤਾਂ ਹਾਂ, ਅਤੇ ਇਹ ਜੇ ਕਰਾਉਣੀ ਜਾਂ ਕਿੰਨੀ ਕੁ ਜ਼ਰੂਰੀ ਹੈ, ਕਿਉਂ ਜ਼ਰੂਰੀ ਹੈ? ਇਹ ਸਭ ਤੋਂ ਪਹਿਲਾਂ ਤਾਂ ਜੀ ਦੇਖੋ ਆਪਦੀ ਸਿਹਤ ਆ ਜਿਹੜੀ ਬੰਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਆ, ਪਹਿਲਾਂ ਤਾਂ ਉਹ ਹੈਲਥ ਪ੍ਰੋਸਪੈਕਟ ਤੋਂ ਇਹ ਬਹੁਤ ਜ਼ਰੂਰੀ ਚੀਜ਼ ਹੈ। ਇੱਕ ਆਪਾਂ ਸਾਰੇ ਇੱਕ ਚੀਜ਼ ਦੀ ਇੰਸ਼ੋਰੈਂਸ ਲੈਂਦੇ ਹਾਂ, ਕਾਰਾਂ ਦੀ, ਬਿਜ਼ਨਸ ਦੀ, ਟਰੱਕਾਂ ਦੀ, ਹੈ ਨਾ, ਅਤੇ ਹੈਲਥ ਦੀ ਵੀ ਲੈਣੀ ਚਾਹੀਦੀ। ਦੂਜੀ ਚੀਜ਼ ਇਹ ਆ ਵੀ ਜਿਹੜੀ
ਟਰੰਪ ਐਡਮਿਨਿਸਟ੍ਰੇਸ਼ਨ ਨੇ ਨਾ ਜਿਹੜੀ ਓਬਾਮਾ ਕੇਅਰ ਦੀ ਪੈਨਲਟੀ ਸੀ ਉਹ ਖਤਮ ਕਰ ਦਿੱਤੀ ਸੀ 2019 ਦੇ ਵਿੱਚ, ਜਨਵਰੀ 1, 2019 ਤੋਂ ਪੈਨਲਟੀ ਨਹੀਂ ਸੀ ਕੋਈ, ਜੇ ਕੋਈ ਲੈਂਦਾ ਠੀਕ ਆ, ਨਹੀਂ ਲੈਂਦਾ ਤਾਂ ਉਹਨੂੰ ਕੋਈ ਪੈਨਲਟੀ ਨਹੀਂ ਸੀ। ਬਟ ਸਟੇਟ ਆਫ ਕੈਲੀਫੋਰਨੀਆ ਨੇ ਉਹ ਪੈਨਲਟੀ ਬੈਕ ਲੈ ਆਉਂਦੀ ਹੈ ਜਨਵਰੀ 1, 2020 ਤੋਂ। ਅੱਛਾ, ਕੈਲੀਫੋਰਨੀਆ 'ਚ ਬੈਕ ਆ ਗਈ ਅਤੇ ਬਾਕੀ ਨਹੀਂ ਆਈ? ਬਾਕੀ ਨਹੀਂ। ਹਾਂਜੀ, ਕੈਲੀਫੋਰਨੀਆ 'ਚ ਹੁਣ ਇਹ ਜੇ ਤੁਸੀਂ ਇੰਸ਼ੋਰੈਂਸ ਨਹੀਂ ਲੈਂਦੇ 2020 ਦੇ ਵਿੱਚ, ਉਹ ਪੈਨਲਟੀ ਤੁਹਾਨੂੰ ਬੈਕ ਜਦੋਂ ਸਾਲ ਦੇ ਐਂਡ 'ਤੇ ਟੈਕਸ ਭਰੋਗੇ ਤਾਂ ਤੁਹਾਨੂੰ ਤੁਹਾਡੀ ਇਨਕਮ ਦਾ ਪਰਸੈਂਟੇਜ ਇੱਕ ਦੇਣਾ ਪਏਗਾ ਇੱਥੇ ਪੈਨਲਟੀ ਦੇ ਤੌਰ। ਚਲੋ ਜੀ, ਫਿਰ ਤਾਂ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ। ਬਿਲਕੁਲ, ਨਹੀਂ ਤਾਂ ਇਹ ਚੀਜ਼ ਨਾ ਜੀ, ਬਾਹਰਲੇ ਲੋਕਾਂ ਨੂੰ ਚਲੋ ਛੱਡੋ, ਕੈਲੀਫੋਰਨੀਆ ਬਹੁਤ ਵੱਡਾ, ਕੈਲੀਫੋਰਨੀਆ ਦੇ ਲੋਕਾਂ ਨੂੰ ਨਹੀਂ ਪਤਾ, ਉਹ ਕਹਿੰਦੇ ਜੀ ਚਲੋ ਦੇਖੀ ਜੂ ਕੋਈ ਨਹੀਂ ਕਰਾ ਲਾਂਗੇ। ਹਾਂਜੀ ਹਾਂਜੀ, ਅਤੇ ਕੋਈ ਨਹੀਂ ਕਰਾ ਲਾਂਗੇ ਜੀ। ਬਿਲਕੁਲ। ਅਤੇ ਸੋ 15 ਅਕਤੂਬਰ ਤੋਂ 15 ਅਕਤੂਬਰ ਤੋਂ 15 ਜਨਵਰੀ ਤੱਕ ਓਪਨ ਇਨਰੋਲਮੈਂਟ ਡੇਟ ਆ ਜੀ ਇਹਦੀ। ਅੱਛਾ ਜੀ। ਅਤੇ ਇਹ ਬੇਸਿਕਲੀ ਜੀ ਕਹਿ ਲਓ ਵੀ ਗੱਡੀ ਸਟੇਸ਼ਨ 'ਤੇ ਖੜ੍ਹਦੀ ਹੈ 3 ਮਹੀਨੇ। ਅੱਛਾ, ਜਿਹੜਾ ਚੜ੍ਹ ਗਿਆ ਚੜ੍ਹ ਗਿਆ, ਜਿਹੜਾ ਰਹਿ ਗਿਆ ਉਹ ਫਿਰ ਅਗਲਾ ਸਾਰਾ ਸਾਲ ਇੰਸ਼ੋਰੈਂਸ ਨਹੀਂ ਲੈ ਸਕਦਾ। ਕਈ ਵਾਰੀ ਬੰਦਾ ਕਹਿੰਦਾ ਨਾ ਜੀ ਖਾਨੀ, ਇੱਕ ਤਾਂ ਕਈਆਂ 'ਚ ਕਨਫਿਊਜ਼ਨ ਆ ਵੀ ਮੈਂ ਇਹ ਨਹੀਂ ਤਾਂ ਮੈਂ ਪ੍ਰਾਈਵੇਟ ਲੈ ਲੂੰਗਾ। ਹਾਂਜੀ, ਇੱਦਾਂ ਉਹ ਪ੍ਰਾਈਵੇਟ ਦੀ ਓਪਨ ਇਨਰੋਲਮੈਂਟ ਵੀ ਇਹੀ ਆ। ਅੱਛਾ ਜੀ। ਮੰਨ ਲਓ ਤੁਸੀਂ ਮਾਰਚ ਅਪ੍ਰੈਲ 'ਚ ਬਿਮਾਰ ਹੋ ਜਾਂਦੇ ਹੋ, ਤੁਸੀਂ ਇੰਸ਼ੋਰੈਂਸ ਨਹੀਂ ਲਈ, ਫਿਰ ਤੁਸੀਂ ਚਾਹੇ 5,000 ਮਹੀਨੇ ਦਾ ਵੀ ਦੇ ਦਿਓ ਤਾਂ ਵੀ ਇੰਸ਼ੋਰੈਂਸ ਨਹੀਂ ਲੈ ਸਕਦੇ। ਅੱਛਾ ਜੀ, ਬਹੁਤ ਵੱਡਾ ਪੁਆਇੰਟ ਹੈ। ਇਹ ਕੈਲੀਫੋਰਨੀਆ ਦੇ ਵਿੱਚ ਹੀ ਹੈ ਕਿ ਸਾਰੇ ਅਮਰੀਕਾ? ਕੈਲੀਫੋਰਨੀਆ ਦਾ ਮੇਰੇ ਖਿਆਲ ਲਾ ਤੁਸੀਂ ਦੱਸ ਰਹੇ ਹੋ ਨਾ, ਜਿਹੜਾ ਫਾਈਨਲ ਵਾਲਾ ਉਹ ਕੈਲੀਫੋਰਨੀਆ ਦਾ, ਠੀਕ ਹੈ ਜੀ। ਬਟ ਉੱਦਾਂ ਮਤਲਬ ਇੰਸ਼ੋਰੈਂਸ ਲੈਣੀ ਹੈ ਤਾਂ ਇੰਸ਼ੋਰੈਂਸ ਲੈਣ ਦੀ ਡੇਟਾਂ ਮਤਲਬ ਡਿਫਰੈਂਟ ਨੇ ਬਾਕੀ ਸਟੇਟਾਂ ਦੇ ਵਿੱਚ। ਕਿਤੇ 45 ਦਿਨ ਖੜ੍ਹਦੀ ਹੈ ਗੱਡੀ, ਕਿਤੇ 60 ਦਿਨ, ਕਿਤੇ 90 ਦਿਨ, ਠੀਕ ਹੈ। ਪੰਜਾਬੀਆਂ ਨੂੰ ਆਦਤ ਹੈ ਜੀ ਉਹ ਕੰਮ ਜਿਹੜਾ ਕੋਈ ਵੀ ਨਾ ਆਖਰੀ ਸਮੇਂ ਹੀ ਕਰਦੇ ਨੇ। ਬਿੱਲ ਭਰਨ ਵਾਲਾ ਹੁੰਦਾ ਪੰਜਾਬ ਦੇ ਵਿੱਚ, ਤੇ ਬਿੱਲ ਵੀ ਲਾਸਟ ਡੇਟ ਤੇ ਭਰਦੇ ਜੀ, ਡੇਟ ਲੰਘਣ ਵਾਲੀ ਹੁੰਦੀ ਹੈ। ਬਿਲਕੁਲ ਜੀ, ਇਹਦੇ 'ਚ ਵੀ ਭੱਜ ਕੇ ਜਿਹੜੇ ਚੜ੍ਹਨਾ ਪੰਜਾਬੀਆਂ ਨੇ ਉਹ ਭੱਜ ਕੇ ਚੜ੍ਹਨ ਵਾਲੇ ਹੀ ਨਹੀਂ ਵੀ ਚੱਲ 15 ਜਨਵਰੀ ਚੜ੍ਹ ਜਾਂਗੇ, ਪਰ ਜੇ 15 ਜਨਵਰੀ ਨੂੰ ਚੜ੍ਹਦੇ ਨੇ ਜਾਂ ਜਨਵਰੀ ਦੇ ਮਹੀਨੇ ਚੜ੍ਹਦੇ ਨੇ ਤਾਂ ਫਿਰ ਉਹ ਜਨਵਰੀ ਤੋਂ ਸ਼ੁਰੂ ਹੋ ਜੂਗੀ, ਉਹਨਾਂ ਨੇ ਪਲਾਨ ਕਰਨੀ? ਨਹੀਂ ਜੀ, ਜਿਹਨੇ ਵੀ ਇੰਸ਼ੋਰੈਂਸ ਪਹਿਲੀ ਜਨਵਰੀ ਤੋਂ ਲੈਣੀ ਆ ਉਹਨੂੰ December 15 ਤੋਂ ਕਰਨੀ ਪਏਗੀ। ਅੱਛਾ, ਅਤੇ 15 ਜਨਵਰੀ ਤੋਂ ਪਹਿਲਾਂ ਉਹ ਲੈ ਸਕਦੇ ਨੇ ਇੰਸ਼ੋਰੈਂਸ, ਬਟ ਜਿਹੜੀ ਇਫੈਕਟਿਵ ਡੇਟ ਆ ਉਹਦੀ ਫਿਰ February 1 ਹੋਊਗੀ। ਫਰਵਰੀ ਤੋਂ ਹੋਊਗੀ? ਹਾਂਜੀ, ਠੀਕ ਹੈ ਜੀ। ਔਰ ਬਹੁਤ ਜ਼ਰੂਰੀ ਹੈ ਨਾ ਮਤਲਬ ਤਾਂ ਇਹ, ਅਤੇ ਜੇ ਅਸੀਂ ਇਹ ਬਾਅਦ ਦੇ ਵਿੱਚ ਪੈਨਲਟੀ ਪੈਂਦੀ ਹੈ, ਟੈਕਸ ਪੈਂਦਾ, ਜਾਂ ਬਾਅਦ ਦੇ ਵਿੱਚ ਕੀ ਕਹਿੰਦੇ ਜੁਰਮਾਨਾ ਜਿਹਨੂੰ ਕਹਿੰਦੇ ਜਾਂ ਆਪਾਂ ਇਹਦਾ ਜੀ, ਸੋ ਫਾਰ ਇਹਨਾਂ ਨੇ ਇਹ ਨਿਰਧਾਰਿਤ ਕੀਤਾ ਵੀ ਪਰ ਅਡਲਟ ਬੰਦਾ $695 ਦੀ ਪੈਨਲਟੀ ਹੈ ਫੈਮਿਲੀ ਦੇ ਵਿੱਚ ਜਿੰਨੇ ਵੀ ਅਡਲਟ ਨੇ, ਜਾਂ ਉਹਦੀ ਗਰੋਸ ਇਨਕਮ ਦਾ 2.5%। ਅੱਛਾ ਜੀ। ਹਾਂਜੀ, ਮਤਲਬ 695 ਮਿਨੀਮਮ ਪੈਨਲਟੀ ਹੈ, ਮੈਕਸੀਮਮ ਗਰੋਸ ਇਨਕਮ ਦਾ 2.5% ਪਰ ਬੰਦਾ, ਮਤਲਬ ਉਹ ਹਜ਼ਾਰਾਂ 'ਚ ਚਲੇ ਜਾਂਦੇ। ਅਤੇ ਹੋਰ ਇੱਕ ਟਰੱਕ ਇੰਸ਼ੋਰੈਂਸ, ਜਿਹੜਾ ਹੁਣ ਟਰੱਕਾਂ ਦਾ ਵੀ ਕਾਫੀ ਰੌਲਾ ਰੌਲਾ ਚੱਲਦਾ, ਟਰੱਕਾਂ ਦੇ ਕੰਮ ਕਿਤੇ ਡਾਊਨ ਆ, ਪਰ ਕੰਮ ਡਾਊਨ ਹੋਣ, ਕੰਮ ਅਪ ਹੋਣ, ਇੰਸ਼ੋਰੈਂਸ ਟਰੱਕਾਂ ਦੀ ਲਾਜ਼ਮੀ ਹੈ। ਬਿਲਕੁਲ ਜੀ। ਤੁਸੀਂ ਹੁਣ JS ਟਰੱਕ ਇੰਸ਼ੋਰੈਂਸ ਕੰਪਨੀ ਦਾ, ਬਿਲਕੁਲ, ਜਿਹੜਾ ਹੁਣ ਬੈਨਰ ਤੁਹਾਡਾ ਪਹਿਲਾਂ ਜਗਦੀਪ ਸਿੰਘ ਦੇ ਨਾਮ ਨਾਲ ਮਸ਼ਹੂਰ ਹੈ ਹੀ ਹੈ। ਹਾਂਜੀ ਹਾਂਜੀ। ਇਹ JS ਟਰੱਕ ਇੰਸ਼ੋਰੈਂਸ ਕੰਪਨੀ ਦਾ ਇਹਦੇ ਵਿੱਚ ਕੀ ਕੀ ਹੈ? ਇਹਦੇ 'ਚ ਜੀ ਆਪਾਂ ਜਿਵੇਂ ਇੰਸ਼ੋਰੈਂਸ ਦਾ, ਜਿਵੇਂ ਕਿ ਤੁਸੀਂ ਦੇਖਿਆ ਹੀ ਹੈ ਵੀ ਘੁੰਮ ਕੇ ਸਾਰੇ ਆਫਿਸ ਦੇ ਵਿੱਚ ਵੀ ਅਸੀਂ ਹਰ ਤਰ੍ਹਾਂ ਦੀ ਕਰਦੇ ਹਾਂ, ਅਤੇ ਟਰੱਕਾਂ ਦੀ ਇੰਸ਼ੋਰੈਂਸ ਦੇ ਵਿੱਚ ਅਸੀਂ ਸਪੈਸ਼ਲਾਈਜ਼ ਕਰਦੇ ਹਾਂ ਜੀ। ਅਤੇ ਪਿਛਲੇ ਕਹਿ ਲਓ ਵੀ 15 ਸਾਲਾਂ ਤੋਂ ਅਸੀਂ ਕੈਲੀਫੋਰਨੀਆ ਦੇ ਵਿੱਚ ਟਰੱਕ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ। ਅਤੇ ਟਰੱਕਿੰਗ ਸਾਡੀ ਆਪਣੀ ਕਮਿਊਨਿਟੀ ਦਾ ਇੱਥੇ ਇੱਕ ਕਹਿ ਲਓ ਵੀ ਜ਼ਰੂਰੀ ਅੰਗ ਆ, ਬਹੁਤ ਜ਼ਿਆਦਾ ਆਪਣੀ ਕਮਿਊਨਿਟੀ ਦੇ ਬੰਦੇ ਟਰੱਕਿੰਗ ਦੇ ਬਿਜ਼ਨਸ ਦੇ ਵਿੱਚ ਇਨਵੋਲਵਡ ਨੇ, ਅਤੇ ਅਸੀਂ ਉਹਨਾਂ ਲਈ ਵੱਧ ਤੋਂ ਵੱਧ ਵਰਾਇਟੀ ਪ੍ਰਦਾਨ ਕਰਦੇ ਹਾਂ ਇੰਸ਼ੋਰੈਂਸ ਦੇ ਮਾਮਲੇ ਦੇ ਵਿੱਚ, ਹੈ ਨਾ, ਜਿਵੇਂ ਕਈ ਤਰ੍ਹਾਂ ਦੀਆਂ ਆਪਸ਼ਨਾਂ ਇੰਸ਼ੋਰੈਂਸ ਦੇ ਵਿੱਚ, ਹੈ ਨਾ, ਅਤੇ ਕਈ ਤਰ੍ਹਾਂ ਦੇ ਪ੍ਰਾਈਸਿਸ, ਕਈ ਤਰ੍ਹਾਂ ਦੀਆਂ ਸਹੂਲਤਾਂ ਇੰਸ਼ੋਰੈਂਸ ਦੇ ਵਿੱਚ, ਉਹ ਵੱਖ ਵੱਖ ਤਰ੍ਹਾਂ ਦੀਆਂ ਕੰਪਨੀਆਂ ਨਾਲ ਉਹਨਾਂ ਨੂੰ ਕੋਟ ਲੈ ਕੇ ਦਿੱਤੇ ਜਾਂਦੇ ਹਨ। ਅਤੇ ਉਹ ਸੱਚ, ਮੈਨੂੰ ਇੱਕ ਗੱਲ ਚੇਤੇ ਹੋਰ ਆ ਗਈ ਜੀ, ਮੈਨੂੰ ਕਿਸੇ ਬੰਦੇ ਨੇ ਦੱਸਿਆ ਸੀ ਵੀ ਜਿੱਦਾਂ ਹੁਣ ਚਲੋ ਕਵਰਡ ਕੈਲੀਫੋਰਨੀਆ ਜਾਂ ਕਿਸੇ ਵੀ ਇੰਸ਼ੋਰੈਂਸ ਦੇ, ਹਾਂਜੀ, ਇਹ ਕਵਰਡ ਕੈਲੀਫੋਰਨੀਆ ਦੇ ਪੈਸੇ ਤਾਂ ਨਹੀਂ ਲੱਗਦੇ ਫਾਰਮ ਭਰਨ ਦੇ? ਨਹੀਂ, ਇਹਦੇ ਇਹ ਕਈ ਲਈ ਜਾਂਦੇ ਜੀ। ਹਾਂਜੀ, ਕਿਉਂਕਿ ਇਹਦੇ 'ਚ ਪਤਾ ਕੀ ਆ ਜੀ, ਕਵਰਡ ਦੱਸੋ ਦਰਸ਼ਕਾਂ ਨੂੰ ਚੰਗੀ ਤਰ੍ਹਾਂ ਵੀ, ਕੋਈ ਪੈਸਾ ਨਹੀਂ ਲੱਗਦਾ ਕਵਰਡ ਕੈਲੀਫੋਰਨੀਆ ਦਾ? ਨਹੀਂ, ਕਵਰਡ ਕੈਲੀਫੋਰਨੀਆ ਦਾ ਇੱਦਾਂ ਜੀ, ਜਿਵੇਂ ਕਵਰਡ ਕੈਲੀਫੋਰਨੀਆ ਹਰ ਬੰਦਾ ਡਿਪੈਂਡ ਕਰਦਾ ਵੀ ਉਹ ਕਿਵੇਂ ਆਪਦੇ ਬਿਜ਼ਨਸ ਨੂੰ ਲੈਂਦਾ, ਅਸੀਂ ਉਹਦਾ ਕੋਈ ਪੈਸਾ ਨਹੀਂ ਚਾਰਜ ਕਰਦੇ। ਕਵਰਡ ਕੈਲੀਫੋਰਨੀਆ ਦੇ ਵਿੱਚ ਇੱਦਾਂ ਹੁੰਦਾ ਜੀ, ਜਿਵੇਂ ਕਿਸੇ ਕੁਛ ਐਪਲੀਕੇਸ਼ਨਾਂ ਨਾ ਸਟੇਟ ਮੈਡੀਕਲ ਨੂੰ ਚਲੀਆਂ ਜਾਂਦੀਆਂ ਨੇ, ਜਿਹੜੇ ਬੰਦਿਆਂ ਦੀਆਂ ਇਨਕਮ ਘੱਟ ਹੁੰਦੀ ਹੈ ਕੁਛ ਵੀ, ਹੈ ਨਾ, ਅਤੇ ਕੁਛ ਇੰਸ਼ੋਰੈਂਸ ਕੰਪਨੀ ਨੂੰ ਚਲੀ ਜਾਂਦੀ ਹੈ, ਅਤੇ ਕਿਸੇ ਕਲਾਇੰਟ ਦੇ ਪੈਸੇ ਸਾਨੂੰ ਮਿਲਦੇ ਹਨ ਸਰਕਾਰ ਵੱਲੋਂ ਜਾਂ ਕੰਪਨੀਆਂ ਵੱਲੋਂ, ਕਿਸੇ ਦੇ ਨਹੀਂ, ਹੈ ਨਾ, ਠੀਕ ਹੈ ਜੀ। ਬਟ ਅਸੀਂ ਕਲਾਇੰਟ ਨੂੰ ਕੋਈ ਵੀ ਪੈਸਾ ਨਹੀਂ ਲੈਂਦੇ, ਅਸੀਂ ਨਹੀਂ ਚਾਹੁੰਦੇ। ਕਈ ਜਿਹੜੇ ਮੇਰੇ ਵਰਗੇ ਉਹ ਕਹਿੰਦੇ ਜੀ $100 ਲੱਗਣਾ ਫਾਰਮ ਭਰਨ ਦਾ ਤੁਹਾਡਾ? ਬਿਲਕੁਲ ਬਿਲਕੁਲ, ਚਲੋ ਧਿਆਨ ਰੱਖੋ ਜੀ, ਕੈਲੀਫੋਰਨੀਆ ਜ਼ਰੂਰ ਕਰਾਓ, ਸਾਰੇ ਜਾਣੇ ਜ਼ਰੂਰ ਕਰਾਓ। ਬਿਲਕੁਲ ਬਿਲਕੁਲ ਕਰਾਉਣੀ ਪੈਣੀ।
ਓਹ ਜਨਾਬ ਆ ਗਏ, ਜੈਨ ਜਨਾਬ ਆ ਜਾਓ, ਜਨਾਬ ਅੱਗੇ ਆ ਜਾਓ। ਇਹ ਜਨਾਬ ਇੰਡੀਆ ਤੋਂ ਆਏ ਨੇ ਜੀ, ਸਾਡੇ ਐਸ ਐਸ ਪੀ ਸਾਹਿਬ ਨੇ, ਅਤੇ ਹਜੇ ਅੱਧੇ ਆਏ, ਅੱਧੇ ਹਜੇ ਪਿੱਛੇ ਨੇ। ਕੀ ਨਾਮ ਹੈ ਜੀ ਜਨਾਬ ਤੁਹਾਡਾ? ਸੁਖਰਾਜ ਸਿੰਘ ਇਹਨਾਂ ਦਾ ਨਾਮ ਹੈ ਜੀ। ਅਤੇ ਵੱਡੇ ਕਦੋਂ ਹੋਣਾ ਪੁਲਿਸ 'ਚ ਭਰਤੀ ਹੋਣਾ ਵੱਡੇ ਹੋ ਕੇ? ਇਹ ਨੇ ਜੀ ਜੂਨੀਅਰ ਜਗਦੀਪ ਸਿੰਘ ਜੀ, ਔਰ ਡੰਡਾ ਹੱਥ 'ਚ ਫੜਿਆ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡਾ ਕੀ ਨਾਮ ਹੈ ਜੀ? ਜਸਵੀਰ ਜੀ। ਅਤੇ ਤੁਸੀਂ ਮਤਲਬ ਕਿ ਜਿੱਦਾਂ ਕਹਿੰਦੇ ਹੁੰਦੇ ਆ ਜਗਦੀਪ ਭਾਅ ਜੀ ਦੇ ਵੀ ਗਾਹਾਂ ਸੁਪਰੀਮ ਕੋਰਟ? ਹਾਂਜੀ, ਮਤਲਬ ਉਹ ਇੱਥੇ ਸਾਰਿਆਂ 'ਤੇ, ਮਤਲਬ ਸਾਰਿਆਂ ਤੋਂ ਕੰਮ ਕਰਾਉਂਦੇ ਆ, ਅਤੇ ਤੁਸੀਂ ਫਿਰ ਉਹਨਾਂ 'ਤੇ? ਹਾਂਜੀ, ਮੈਂ ਉਹਨਾਂ ਤੋਂ ਕਰਾਉਂਦੀ। ਅਤੇ ਇੱਥੇ ਫਿਰ ਕੰਮ ਕਰ ਸਾਰਾ, ਅਤੇ ਤੁਸੀਂ ਓਵਰਆਲ ਸਾਰਾ ਦੇਖਦੇ ਹੋ ਹਾਂ ਜੀ ਨਾਲ, ਅਤੇ ਵਧੀਆ ਕੰਮ ਹੈਗਾ ਜੀ? ਥੈਂਕ ਯੂ ਜੀ ਵੈਰੀ ਮੱਚ। ਲਓ ਜੀ, ਹੁਣ ਆਪਾਂ ਜਾਣ ਦੀ ਤਿਆਰੀ ਕਰੀਏ। ਅਤੇ ਕੋਈ ਹੈ ਨਹੀਂ ਕੁਛ ਇੱਧਰ ਸਮਾਨ ਭਾਅ ਜੀ? ਚੰਗਾ ਫਿਰ, ਓਕੇ ਭਾਅ ਜੀ। ਚਾਹ ਪਾਣੀ ਕਿੰਨੇ ਕੁ ਨਾਲ ਸਰਜੂ ਭਾਅ ਜੀ? ਤੁਸੀਂ ਸੋਚੀ ਪੈ ਗਏ? ਨਹੀਂ, ਮੈਂ ਦੇਖ ਰਿਹਾ ਸੀ ਵੈਸੇ ਤਾਂ ਤੁਖ ਜੀ, ਉਹ ਪਤਾ ਕੀ ਹੈ, ਮੈਂ ਤਾਂ ਬੰਦਾ ਬਹੁਤ ਸ਼ਰੀਫ ਹਾਂ। ਸਾਡੇ ਐਸ ਐਸ ਪੀ ਸਾਹਿਬ ਹੁਣੇ ਆਏ ਸੀਗੇ, ਐਸ ਐਸ ਪੀ ਸਾਹਿਬ ਵੀ ਠੀਕ ਹੀ ਨੇ, ਜਿਹੜਾ ਸਾਡੇ ਐਸ ਐਚ ਓ ਸਾਹਿਬ ਨੇ ਉਹ ਬੜੇ ਉਹ ਹੈਗੇ ਨੇ, ਉਹ ਨਿਗਾਹ ਰੱਖਦੇ ਨੇ ਵੀ ਹੁਣ ਕਿਹੜੀ ਚੀਜ਼, ਉਹ ਕਹਿੰਦੇ ਵੀ ਤੂੰ ਦੇਖਦਾ, ਨਾਲ ਤਾਂ ਮੈਂ ਦੇਖਿਆ ਕੋਈ ਕੋਈ ਚੀਜ਼ ਲਿਆਉਣ ਨੂੰ ਮਿਲੀ ਨਹੀਂ, ਕੀ ਲਿਆ ਸਕਦਾ ਮੈਂ ਇੱਥੋਂ? ਅੱਛਾ, ਬੈਗ ਹੈ ਭਾਈ, ਭਰਾਂਗੇ ਭਾਅ ਜੀ ਅਗਲੀ ਵਾਰੀ। ਇਹ ਤਾਂ ਖਾਲੀ ਹੈ, ਅਗਲੀ ਵਾਰੀ ਭਰਾਂਗੇ ਨਾ। ਖਾਲੀਆਂ ਦਾ ਕੀ ਫਾਇਦਾ ਭਾਅ ਜੀ, ਦੱਸੋ ਇਹ 'ਚ ਭਾਅ ਜੀ, ਤੁਹਾਨੂੰ ਅਸੀਂ ਆਪਣਾ ਟਰੱਕ ਪਾ ਕੇ ਦਿੰਦੇ ਹਾਂ ਆਪਣਾ। ਇਹ ਤਾਂ ਕੁਝ ਨਹੀਂ, ਇਹ ਤਾਂ ਮੈਂ ਪੈਸੇ ਲੈਣਾ, ਇਹਦੇ 'ਚ ਪੈਸੇ ਪੂਸੇ ਪਾ ਦਿਓ ਭਾਅ ਜੀ। ਹੁਣ ਪਤਾ ਤੁਹਾਨੂੰ, ਪਹਿਲਾਂ ਮੋਦੀ ਨੇ ਨੋਟ ਬੰਦ ਕਰਤੇ, ਹੁਣ ਕਿੱਥੋਂ? ਚਲੋ ਕੋਈ ਨਹੀਂ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ ਇੰਦਰ ਸਾਹਿਬ। ਥੈਂਕ ਯੂ। ਔਖਾ ਹੀ ਅਗਰ ਹੋਈ, ਡਰੀ ਗਿਆ ਸੀ। ਚਲੋ ਕੋਈ ਨਹੀਂ, ਲੈ ਚੱਲਦੇ, ਫਰੀ ਦੀ ਚੀਜ਼ ਕੀ ਮਾੜੀ ਹੈ, ਨਿਆਣੇ ਡਰਾਉਣ ਦੇ ਕੰਮ ਆਊਗਾ। ਥੈਂਕ ਯੂ ਜੀ ਸਭ ਦਾ ਵੈਰੀ ਮੱਚ। ਚੱਲ ਬਈ ਵਿਕਰਾ, ਤੁਸੀਂ ਇੱਧਰੋਂ। ਚੰਗਾ ਜੀ, ਫਿਰ ਹੁਣ ਮੈਨੂੰ ਬਿਕਰ ਸੁਣ ਦਿਓ ਆ ਗਿਆ, ਅਤੇ ਫਿਰ ਮਿਲਦੇ ਹਾਂ ਦੁਬਾਰਾ, ਫਿਰ ਕਿਸੇ ਨਵੀਂ ਜਗ੍ਹਾ, ਕਿਸੇ ਨਵੇਂ ਸਟੋਰ 'ਤੇ। ਅੱਜ ਵੈਸੇ ਖਾਸ ਬੜਾ ਕੋਈ ਮੇਰੇ ਵਾਸਤੇ ਤਾਂ ਬੜਾ ਨਹੀਂ ਮਿਲਿਆ, ਪਰ ਮੈਨੂੰ ਉਮੀਦ ਆ ਵੀ ਜਿਹੜੇ ਤੁਸੀਂ ਸਾਰੇ ਹੈਗੇ ਹੋ, ਤੁਹਾਡੇ ਵਾਸਤੇ ਬੜਾ ਕੁਛ ਮਿਲਿਆ ਅੱਜ, ਜਾਣੀ ਕਿ ਜਾਣਕਾਰੀ ਅੱਜ ਬਹੁਤ ਮਿਲੀ ਆ। ਸੋ ਭੁੱਲਿਓ ਨਾ ਕਵਰਡ ਕੈਲੀਫੋਰਨੀਆ ਕਰਾਉਣੀ। ਓਕੇ ਬਾਏ।